ਵਾਹਿਗੁਰੂ 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 ਜੁੜੋ ਸਾਰੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਵਾਓ, ਸਾਰੇ ਪੜ੍ਹੋ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ, ਦੇ ਕਰ ਹੱਥ ਨਾਨਕ, ਦੇ ਕਰ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖ ਹੋ ਰੱਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ, ਰੱਖੋ ਰੱਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਤਰਲਾ ਪਾਓ, ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਮਿੱਠਾ ਲੱਗੇ ਤੇਰਾ ਪਾਣਾ, ਮਿੱਠਾ ਲੱਗੇ ਤੇਰਾ ਪਾਣਾ, ਮਿੱਠਾ ਦਇਆ ਕਰੋ ਬਸੋ ਮਨ ਆਏ,
ਦਇਆ ਕਰੋ ਬਸੋ ਮਨ ਆਏ ਦਇਆ ਤਰਲਾ ਪਾਇਓ ਮੋਹੇ ਨਿਰਗੁਣ ਲੀ ਜੈ ਲੜ ਲਾਏ ਮੋਹੇ ਨਿਰਗੁਣ ਲੀ ਜੈ ਲੜ ਲਾਏ ਮੋਹੇ ਨਿਰ ਵਾਹਿਗੁਰੂ ਅੱਜ ਦਾ ਹੁਕਮਨਾਮਾ ਸਾਹਿਬ ਜਿੰਨਾ ਜਿੰਨਾ ਪੜ੍ਹਿਆ ਹੈ ਪੜ੍ਹ ਕੇ ਆਏ ਹੋ ਆਪ ਜੀ ਨੇ ਪੜ੍ਹਿਆ ਨੌਜਵਾਨਾਂ ਗੁਰੂ ਅੰਗਦ ਦੇਵ ਸਾਹਿਬ ਦੇ ਅੰਮ੍ਰਿਤ ਵਚਨ ਨੇ ਸੂਈ ਰਾਗ ਦੀ ਵਾਰ ਵਿੱਚ ਚੇਤਾ ਕਰੋ ਸੂਹੀ ਰਾਗ ਦੀ ਵਾਰ ਵਿੱਚ ਦੂਸਰੇ ਪਾਤਸ਼ਾਹ ਦੇ ਵਚਨ ਚਾਰ ਲਾਈਨਾਂ ਨੇ ਅਤੇ ਚੌਵਾਂ ਲਾਈਨਾਂ 'ਚ ਗਜਬ ਕੀਤਾ ਗਰੀਬ ਨਵਾਜ ਨੇ ਉਪਦੇਸ਼ ਦੇਣ ਵਾਲਾ ਵੈਸੇ ਤਾਂ ਇੱਕ ਅੰਗ ਤੋਂ 1430 ਅੰਗ ਤੱਕ ਮੋਤੀ ਮੋਤੀ ਨੇ ਗੁਰਸਾਗਰ ਗੁਰੂ ਸਮੁੰਦਰ ਰਤਨਾਂ ਦਾ ਭਰਿਆ ਹੈ ਜਿੱਥੋਂ ਰੁਮਾਲ ਚੁੱਕੋ ਸਿੱਖਾ ਤੇਰੀ ਸੁਰਤ ਟਿੱਕੀ ਹੋਣੀ ਚਾਹੀਦੀ ਹੀਰੇ ਹੀ ਹੀਰੇ ਨੇ ਮੱਤ ਵਿੱਚ ਜੇ ਇੱਕ ਗੁਰ ਕੀ ਆਹ ਅੱਜ ਸੁਣੀਏ ਭਲਾ ਪਹਿਲੀ ਲਾਈਨ ਵਿੱਚ ਸਰਕਾਰ ਨੇ ਆਖਿਆ ਵੀ ਜਿੰਨੀ ਚੱਲਣ ਜਾਣਿਆ ਜਿੰਨੀ ਇਹਦਾ ਅਰਥ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ ਸੇ ਕਿਉਂ ਕਰੇ ਵਿਥਾਰ ਵਿਥਾਰ ਦਾ ਮੁੰਡਾ ਵਿਸਥਾਰ ਕਰਨਾ ਇੱਕ ਫੈਕਟਰੀ ਤੋਂ ਦੂਸਰੀ ਦੂਸਰੀ ਤੋਂ ਤੀਸਰੀ ਭਾਅ ਜੀ ਇੱਕ ਘਰ ਹੋਰ ਲੈ ਲਿਆ ਦੋ ਘਰ ਸੀ ਪਹਿਲੋਂ ਬੋਲੋ ਜੀ ਵਾਈਸ ਪ੍ਰੈਜੀਡੈਂਟ ਸਾਹਿਬ ਜੀ ਤੁਸੀਂ ਬੋਲੋ ਦੋ ਘਰ ਪਹਿਲੋਂ ਹੀ ਸੀ ਇੱਕ ਘਰ ਇਹਨੂੰ ਕਹਿੰਦੇ ਵਿਸਥਾਰ ਕਰਨਾ ਚੇਤਾ ਭੁੱਲਾ ਹੈ ਚੇਤਾ ਭੁੱਲਾ ਹੈ ਸੱਚਮੁੱਚ ਗਹਿਰਾ ਹੈ ਗਹਿਰੇ ਸ਼ਬਦਾਂ ਜਾਣਦਾ ਚੇਤਾ ਭੁੱਲਾ ਛੱਡ ਜਾਣਾ ਹੈ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਇਹ ਤੁਹਾਨੂੰ ਤਾਂ ਮੈਨੂੰ ਸਮਝਾਉਣ ਨੂੰ ਦਸਮ ਪਿਤਾ ਜੀ ਨੇ ਸਵਈਏ ਵਿਚਾਰੇ ਮਗਰ ਮੈਨੂੰ ਇਤਨਾ ਲੱਗਦਾ ਹੈ ਕਿ ਅਸੀਂ ਸਵਈਏ ਇਸ ਕਰਕੇ ਪੜ੍ਹੇ ਨੇ ਵੀ ਨਿਤਨੇਮ 'ਚ ਕਰੀਦੇ ਆ ਪਹਿਲੇ ਸਵਈਏ ਵਿੱਚ ਸਰਕਾਰ ਨੇ ਸਾਰਿਆਂ 'ਤੇ ਕਾਟੇ ਮਾਰੇ ਨੇ ਸ਼ਰਾਬ ਗਸੁੱਧ ਸਮੂਹ ਸਧਾਨ ਕੇ ਜੇ ਕਿਤੇ ਪਹਿਲੀ ਇਹ ਕੌਮ ਪਹਿਲਾ ਸਵਈਆ ਇਸ ਕਿੱਧਰ ਭੱਜੇ ਫਿਰਦੇ ਹੋ ਅੱਖ ਮਿਲਾ ਲਓ ਫਿਰ ਧਿਆਨ ਦਿਓ ਪਹਿਲਾ ਸਵਈਆ ਕਿਤੇ ਕੌਮ ਜਾਣ ਲੈਂਦੀ ਨਾ ਗੁਰੂ ਨਾਨਕ ਦੀ ਕੋਈ ਸਾਧ ਨਹੀਂ ਸੀ ਹੋਣਾ ਕੋਈ ਸੰਪਰਦਾ ਨਹੀਂ ਸੀ ਹੋਣੀ ਇਹ ਸੰਪਰਦਾਵਾਂ ਦਾ ਜ਼ਿਕਰ ਆ ਸਰਾਵਗ ਸੁੱਧ ਸਮੂਹ ਸਿਧਾਨ ਕੇ ਸਰੇ ਬੜੇ 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 ਸੁੱਧ ਬਿਰਤੀ ਵਾਲੇ ਆਪਣੇ ਆਪ ਨੂੰ ਅਤੇ ਸਮੂਹ ਬਣਿਆ ਦਾ ਟੋਲੇ ਸਮੂਹ ਬਣੇ ਟੋਲੇ ਬੜੇ ਬੜੇ ਵੱਡੇ ਸਾਧਾਂ ਦੇ ਟੋਲੇ ਦੇਖ ਫਿਰਿਓ ਬੋਲ ਘਰ ਜੋਗ ਜਤੀ ਗਏ ਜੋਗੀਆਂ ਜਤੀਆਂ ਦੇ ਘਰ ਬਾਬਾ ਨਾਨਕ ਕਹਿੰਦਾ ਮੈਂ ਦੇਖ ਕੇ ਫਿਰ ਕੇ ਦੇਖ ਲਿਆ ਸੂਰ ਸੁਰਾਰਦਨ ਸੁੱਧ ਸਧਾਦਕ ਸੰਤ ਸਮੂਹ
ਆਉਂਦਾ ਵੇਖੇ ਨੇ, ਬਾਬਾ ਕਹਿੰਦਾ ਵੇਖੇ। ਰਾਜਾ ਰਮੇਦਨੀ ਪ੍ਰਕਾਸ਼ ਸਤਿਗੁਰੂ ਨੂੰ ਜਦੋਂ ਪੁੱਛਦਾ ਨਾ ਇਹ ਸਵਈਆ ਉੱਥੇ ਉਚਾਰਿਆ, ਪਤਾ ਜੇ ਕਿ ਨਹੀਂ? ਰਾਜਾ ਮੇਦਨੀ ਪ੍ਰਕਾਸ਼ ਨਾਹਨ ਦਾ ਰਾਜਾ ਹੈ, ਜਿਹਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ, ਰਾਣੀਆਂ ਬੈਠੀਆਂ, ਹਾਜ਼ਰ ਰਹੋ, ਅੱਖ ਟਿਕੂਗੀ ਅਤੇ ਤੁਸੀਂ ਟਿਕੋਗੇ। ਫਿਰ ਮੈਂ ਆਪ ਜੀ ਨੂੰ ਬੇਨਤੀ ਕਰਦਾ, ਅੱਖ ਟਿਕੂਗੀ ਅਤੇ ਤੁਸੀਂ ਟਿਕੋਗੇ, ਜੇ ਅੱਖ ਐਂ ਭੱਜੀ ਫਿਰਦੀ ਤਾਂ ਸਮਝ ਲਓ ਤੁਹਾਡਾ ਮਨ ਭੱਜਿਆ ਫਿਰਦਾ ਹੈ, ਅੱਖ ਪੱਥਰ ਹੋ ਜਾਂਦੀ ਸੁਣਨ ਵਾਲੇ ਦੀ। ਕੱਲ ਕੀ ਕਿਹਾ ਸੀ, ਚਕੋਰ ਇੱਕ ਰਸ ਵੇਖੀ ਜਾਂਦੀ। ਸਿੱਖਾ ਇੱਥੇ ਵੇਖਣ ਦਾ ਵਿਸ਼ਾ ਨਹੀਂ, ਇੱਥੇ ਸੁਣਨ ਦਾ ਹੈ। ਪਤਾ ਲੱਗਾ ਜੀ, ਇੱਥੇ ਚੱਕਰਚੇਨ ਔਰ ਬਰਨਜਾਤ ਔਰ ਪਤਨ, ਉੱਥੇ ਤਾਂ ਕੋਈ ਚੱਕਰਚੇਨ ਹੀ ਨਹੀਂ, ਵੇਖਣਾ ਕੀ ਹੋਊ? ਰੱਬ ਦੀ ਹਸਤੀ ਨੂੰ ਤੂੰ ਵੇਖ ਨਹੀਂ ਸਕਦਾ, ਉਹਦੇ ਬੋਲ ਸੁਣ ਸਕਦਾ ਹੈ। ਇਹ ਰੱਬ ਦੇ ਬੋਲ ਨੇ, ਅੱਖ ਵਾਹਿਗੁਰੂ। ਨਾਹਨ ਦੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ, ਉਹਦੀਆਂ ਰਾਣੀਆਂ ਬੈਠੀਆਂ, ਰਾਜੇ ਦਾ ਨਾਮ ਹੈ ਮੇਦਨੀ ਪ੍ਰਕਾਸ਼। ਯਾਦ ਕਰੋ ਆਪਣਾ ਇਤਿਹਾਸ, ਨਾਲ ਹੀ ਯਾਦ ਹੋ ਜਾਊ ਇਤਿਹਾਸ ਵੀ, ਰਾਜੇ ਦਾ ਨਾਮ ਕੀ ਹੈ? ਮੇਦਨੀ ਪ੍ਰਕਾਸ਼। ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਜੀ ਨੇ ਰਾਜਾ ਫਤਿਹ ਚੰਦ ਅਤੇ ਰਾਜਾ ਮੇਦਨੀ ਪ੍ਰਕਾਸ਼ ਦੀ ਸੁਲਾਹ ਕਰਾਈ। ਜੰਗ ਹੁੰਦੀ ਸੀ ਅਤੇ ਮੇਦਨੀ ਪ੍ਰਕਾਸ਼ ਨੇ ਸੱਦਿਆ ਸੀ ਵੀ ਬੜਾ ਨੁਕਸਾਨ ਹੋ ਰਿਹਾ, ਤੁਸੀਂ ਇਸ ਰਿਆਸਤ ਵਿੱਚ ਆਓ, ਨਾਹਨ ਦੇ 'ਚ, ਉੱਥੇ ਪੌਂਡਾ ਸਾਹਿਬ ਪੈਂਦਾ ਹੈ, ਨਾਹਨ ਦੀ ਰਿਆਸਤ ਵਿੱਚ। ਅੱਖੋ ਵਾਹਿਗੁਰੂ। ਸਤਿਗੁਰੂ ਨੇ ਜਿੱਥੇ ਉਹਨਾਂ ਦੀ ਸੁਲਾਹ ਕਰਾਈ ਅਤੇ ਮੇਦਨੀ ਪ੍ਰਕਾਸ਼ ਨਾਲ ਪਿਆਰ ਹੋ ਗਿਆ। ਇੱਕ ਦਿਨ ਕਹਿੰਦਾ ਮੇਰੇ ਘਰੋਂ ਪ੍ਰਸ਼ਾਦਾ ਛਕੋ। ਕੌਣ ਕਹਿੰਦਾ? ਮੇਦਨੀ ਪ੍ਰਕਾਸ਼। ਸਤਿਗੁਰੂ ਨਾਨ ਦੇ ਕਿਲੇ ਵਿੱਚ ਬੈਠੇ, ਮੈਂ ਵੇਖ ਕੇ ਆਇਆ ਉਹ ਜਗ੍ਹਾ, ਅਜੇ ਵੀ ਕੰਧਾਂ ਪੁਰਾਣੀਆਂ ਹੈਗੀਆਂ। ਉਸ ਕਿਲੇ ਵਿੱਚ ਬੈਠੇ ਸਰਕਾਰ ਨੂੰ ਪੁੱਛਦੇ ਵੀ ਸਤਿਗੁਰੂ ਜੀ, ਆ ਸਾਰੇ ਜਿੰਨੇ ਦਸ ਸਵਾਲ ਨੇ ਨਾ, ਦੱਸ ਬਈਏ, ਰਾਜੇ ਦੇ ਸਵਾਲ ਅਤੇ ਗੁਰੂ ਦੇ ਜਵਾਬ ਨੇ। ਤੁਸੀਂ ਸੰਤਾਂ ਮਹਾਤਮਾ ਗੁਰਮੁਖਾਂ ਪਿਆਰਿਆਂ ਦੇ ਦੀਦਾਰ ਕੀਤੇ, ਕਿਹਨੂੰ ਪੁੱਛਦੇ? ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਮੇਦਨੀ ਪ੍ਰਕਾਸ਼ ਕਹਿੰਦਾ ਵੀ ਜਿੰਨੇ ਸੰਤ ਧਰਤੀ 'ਤੇ ਮਹਾਤਮਾ ਹੋਏ ਆ, ਤੁਸੀਂ ਸਾਰੇ ਵੇਖੇ, ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੇ ਹੋ, ਸੂਰ ਸਰਾਰਦਨ ਸੁੱਧ ਸੁਧਾਧਕ ਸੰਤ ਸਮੂਹ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਪੜ੍ਹ ਕੇ ਲੰਘ ਗਏ ਉਹਨਾਂ ਪੀਤਾ ਨਹੀਂ। ਕਿਸੇ ਦੀ ਮੱਤ ਵੀ ਪ੍ਰਾਣਾਂ ਦੇ ਪਤੀ ਵਾਲੀ ਮੱਤ ਨਹੀਂ ਗੀ, ਆਪੋ ਆਪਣੀ ਮੱਤ ਚੁੱਕੀ ਫਿਰਦੇ। ਸੰਤ ਸਮੂਹ, ਸੰਤ ਸਮੂਹ, ਸਮੂਹ ਟੋਲੇ ਸੰਤਾਂ ਦੇ, ਮਗਰ ਰੱਬ ਦੀ ਮੱਤ ਕੋ ਨਾ ਦੇਖੀਅਤ, ਮੱਤ ਕਿਸੇ 'ਚ ਵੀ ਨਹੀਂ ਦੇਖੀ। ਕਿਹਦੀ? ਪ੍ਰਾਣ ਪਤੀ ਕੇ, ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ੁਰ ਦੀ ਮੱਤ ਇਹਨਾਂ ਦੇ ਡੇਰਿਆਂ 'ਚ ਹੈ ਨਹੀਂ ਕਿਸੇ ਕੋਲ ਵੀ, ਆਪੋ ਆਪਣੀ ਡਫਲੀ ਵਜਾ ਰਹੇ। ਅੱਖ ਵਾਹਿਗੁਰੂ, ਉੱਚੀ ਬੋਲੋ ਨਾ, ਆਪੋ ਆਪਣੀ ਡਫਲੀ ਵਜਾ ਰਹੇ, ਆਪੋ ਆਪਣੀਆਂ ਮਰਿਆਦਾ ਲਿਖ ਕੇ ਕਹਿੰਦੇ ਰੱਬ ਇਤਰਾ ਮਿਲਦਾ, ਰੱਬ ਇਤਰਾ ਮਿਲਦਾ, ਰੱਬ ਇਤਰਾ ਮਿਲਦਾ। ਰੱਬ ਦੀ ਮਰਿਆਦਾ ਕਿਸੇ ਕੋਲ ਨਹੀਂ ਹੈਗੀ। ਪਕੜ ਆ ਗਿਆ ਕਿ ਨਹੀਂ? ਅੱਜ ਤੋਂ ਨਹੀਂ ਭੱਜੇ ਫਿਰੋਗੇ ਕਿਤੇ? ਅੱਜ ਹੀ ਸਵੇਰੇ ਮੈਨੂੰ ਫੋਨ 'ਤੇ ਕੋਈ ਦੱਸਦਾ, ਸੁਣੋ ਗੁਰੂ ਕੇ ਸਿੱਖੋ, ਕਹਿੰਦੇ 350 ਪ੍ਰਾਣੀ ਕਿਤੇ ਅਸੀਂ ਡੇਰੇ 'ਤੇ ਕਿਸੇ 'ਤੇ ਅੰਮ੍ਰਿਤ ਛਕਣ ਗਏ, ਕੋਈ ਏਜੰਟ ਸੀ ਸਾਡੇ ਸ਼ਹਿਰ 'ਚ ਬੱਸਾਂ ਕਰਕੇ ਸਾਨੂੰ ਅੰਮ੍ਰਿਤ ਛਕਾਉਣ ਲੈ ਗਿਆ। ਆਖੋ ਵਾਹਿਗੁਰੂ। ਯਮੁਨਾਨਗਰ ਤੋਂ, ਯਮੁਨਾਨਗਰ ਸੁਣਿਆ? ਯਮੁਨਾਨਗਰ ਤੋਂ ਕਿਸੇ ਡੇਰੇ 'ਤੇ ਲੈ ਗਿਆ ਉਹਨੇ, ਇੱਕ ਬਾਟਾ ਪਹਿਲੋਂ ਹੀ ਤਿਆਰ ਕਰਕੇ ਸਾਡੇ ਸਾਹਮਣੇ। ਕੋਈ ਬਾਟਾ ਇੱਥੇ ਸਵੇਰੇ ਹੋਣਾ ਹੈ, ਵੇਖ ਲਿਓ, ਪੰਜ ਪਿਆਰੇ ਬਹਿਣੇ ਨੇ, ਅਰਦਾਸ ਹੋਣੀ ਆ, ਕੜਾ ਪ੍ਰਸ਼ਾਦੀ ਦੇਗ ਹੋਊਗੀ, ਪੰਜ ਪਿਆਰੇ ਹੋਣਗੇ, ਦੋ ਪਹਿਰੇਦਾਰ ਹੋਣਗੇ, ਇੱਕ ਤਾਬਿਆ 'ਤੇ ਹੋਊ, ਇਸ ਤਰ੍ਹਾਂ ਦਾ ਸੀਨ ਹੋਣਾ ਨਾ, ਬੋਲੋ ਗੁਰੂ ਕੇ ਸਿੱਖੋ। ਉੱਥੇ ਕੁਛ ਨਹੀਂ ਸੀ ਹੋਇਆ, ਜਾਂਦਿਆਂ ਨੂੰ ਟੇਬਲ 'ਤੇ ਮੇਜ਼ ਪਿਆ ਸੀ ਅਤੇ ਉਹਨੇ ਸਾਰਿਆਂ ਨੂੰ ਇੱਕ ਇੱਕ ਛੱਟਾ ਮਾਰ ਕੇ, ਇਹ ਵੀ ਨਹੀਂ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਕੁਛ ਨਹੀਂ ਕੀਤਾ, ਛੱਟੇ ਮਾਰੀ ਗਿਆ। 350 ਨੂੰ ਕਹਿੰਦਾ ਹੋ ਗਿਆ ਅੰਮ੍ਰਿਤ ਸੰਚਾਰ।
ਇਹ ਵੀ ਆਪੋ ਆਪਣੀ ਮੱਤ ਚਲਾਉਣੀ। ਸਾਰਾ ਪੰਥ ਅੱਖਾਂ ਮੀਟ ਕੇ ਨਾਲ ਵੇਖ ਰਿਹਾ ਲੋਕਾਂ ਨੂੰ, ਆਖੋ ਵਾਹਿਗੁਰੂ। ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਦਿਓ, ਇੱਕ ਵਾਰ ਸਜੇ ਧੋ ਕੇ ਮੈਨੂੰ ਦੱਸੋ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਦਿਓ। ਇੱਕ ਸੰਪਰਦਾ ਜਿਹੜੀ ਸੁਖਮਨੀ ਸਾਹਿਬ ਦੇ ਹਰ ਸਲੋਕ ਤੋਂ ਬਾਅਦ ਕੁਝ ਆਪਣਾ ਲਿਖਦੀ ਹੈ ਨਾਲ, ਚੇਤਾ ਆਇਆ ਜੇ ਕਿ ਨਹੀਂ? ਬੋਲੋ ਬੋਲੋ ਜੀ ਭੈਣ ਜੀ। ਜਦੋਂ ਹਰ ਸਲੋਕ ਖਤਮ ਹੋਊਗਾ, ਪਤਾ ਨਹੀਂ ਉਹ ਕੀ ਸ਼ਬਦ ਬੋਲਦੇ, ਕਿਸੇ ਨੂੰ ਯਾਦ ਆ ਤਾਂ ਬੋਲੋ। ਇੱਕ ਸਲੋਕ ਜਦੋਂ ਖਤਮ ਹੋ ਗਿਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅਤੇ ਕੁਝ ਹੋਰ ਕਹਿੰਦੇ, ਇੱਕ ਦੋ ਤਿੰਨ ਨਾਲ ਲਿਖਦੇ। ਹਾਂਜੀ ਨਹੀਂ, ਉਹ ਕੁਝ ਹੋਰ ਵੀ ਲਿਖਦੇ, ਅਸ਼ਟਮ ਸਲੋਕ ਇੱਕ ਦੋ ਇਤਰਾਂ ਕੁਝ ਕਹਿੰਦੇ। ਕਿੰਨੇ ਪਾਵਰ ਦਿੱਤੀ ਦੱਸੋ ਨਾ ਪੱਗ ਪੱਗਾਂ ਵਾਲੇ, ਤੁਹਾਡੇ ਘਰ ਦੀ ਤਬਾਹੀ ਦੇ ਸੈਨ ਨੇ, ਤੁਸੀਂ ਕਿੱਥੇ ਦੇ ਕਿਉਂ ਨਹੀਂ? ਇੱਕ ਦਮਦਮੀ ਟਕਸਾਲ ਦਾ ਗੁਟਕਾ ਹੈ, ਇੱਕ ਸ਼੍ਰੋਮਣੀ ਕਮੇਟੀ ਦਾ ਗੁਟਕਾ ਹੈ, ਉਹਦੇ ਵਿੱਚ ਨਹੀਂ ਲਿਖਿਆ ਉਹੀ ਸ਼੍ਰੋਮਣੀ ਕਮੇਟੀ ਅਤੇ ਉਹ ਸੰਤ ਇਕੱਠੇ ਬੈਠੇ ਨੇ, ਆਖਰ ਗੱਲ ਕਿੱਥੇ ਚੁੱਪ ਹੋ ਗਈ? ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਤੁਸੀਂ ਪਕੜ ਰਹੇ ਹੋ ਜੀ। ਉਹ ਸ਼੍ਰੋਮਣੀ ਕਮੇਟੀ, ਉਹ ਦਮਦਮੀ ਟਕਸਾਲ, ਉਹੀ ਸੰਤ ਵਾਲੇ ਇਕੱਠੇ ਬੈਠੇ ਨੇ, ਮਗਰ ਜੋ ਮਰਜ਼ੀ ਕੋਈ ਕਰੀ ਜਾਵੇ ਕੋਈ ਕਿਸੇ ਨੂੰ ਨਹੀਂ ਰੋਕਦਾ। ਵੀ ਤੁਸੀਂ ਗੁਟਕੇ ਕਿਸ ਤਰ੍ਹਾਂ ਛਾਪ ਦਿੱਤੇ ਜਿਹਦੇ ਵਿੱਚ ਹਰ ਸਲੋਕ ਨਾਲ ਲਿਖਿਆ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ? ਜੇ ਲਿਖਣਾ ਹੁੰਦਾ ਤਾਂ ਗੁਰੂ ਅਰਜਨ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਨਾ ਲਿਖਦੇ? ਇੱਕ ਵਾਰ ਬੋਲੋ, ਜਿੱਥੋਂ ਯਾਰ ਨੌਜਵਾਨਾਂ ਤੂੰ ਜਿੱਥੋਂ, ਕੱਲ੍ਹ ਜੇ ਮੇਰਾ ਆਉਣ ਵਾਲਾ ਭਵਿੱਖ ਜੇ, ਵੀ ਆਖਰ ਗੁਟਕੇ ਵਿੱਚ ਵਾਧਾ ਘਾਟਾ ਕਰਨ ਦੀ ਇਜਾਜ਼ਤ ਕਿੰਨੇ ਦਿੱਤੀ? ਦੇਖ ਫਿਰਿਓ ਘਰ, ਸੂਰ ਸਰਾਰਜਨ ਸੁਧ ਸਧਾਤਕ ਸੰਤ ਸਮੂਹ ਅਨੇਕ ਮਤਿਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕਹੁ ਨਾ ਦੇਖੀਏ। ਤੇ ਇਹ ਪਹਿਲਾ ਕੁਐਸਚਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਦਾ? ਰਾਜਨੀ ਮੇਜ਼ਨੀ ਪ੍ਰਕਾਸ਼ ਦਾ, ਵੀ ਤੁਸੀਂ ਸੰਤ ਵੇਖੇ? ਗੁਰੂ ਸਾਹਿਬ ਕਹਿੰਦੇ ਹਾਂ ਸਾਰੇ ਹੀ ਵੇਖੇ, ਨੋਟ ਕਰਿਓ। ਉਹਨੇ ਸਵਾਲ ਕੀਤਾ, ਆਹ ਹੁਣ ਜਿਹੜਾ ਮੈਂ ਵਚਨ ਕਰਨ ਲੱਗਾ ਸਾਂ, ਉਹਨੇ ਸਵਾਲ ਕੀਤਾ, ਸਤਿਗੁਰੂ ਤੁਹਾਡੀ ਉਮਰ ਇਸ ਵੇਲੇ 19 ਸਾਲ ਦੀ ਹੈ, ਕਿੰਨੀ? ਅਤੇ ਤੁਸੀਂ ਕਹਿੰਦੇ ਹੋ ਮੈਂ ਸਾਰੇ ਸ੍ਰਿਸ਼ਟੀ ਦੇ ਸੰਤ ਵੇਖੇ ਨੇ, 19 ਸਾਲ ਦੇ ਵਿੱਚ ਤੁਸੀਂ ਕੀ ਵੇਖ ਲਿਆ? ਨੋਟ ਕਰਿਓ, ਤੁਸੀਂ ਕਿਸ ਤਰ੍ਹਾਂ ਵੇਖ ਲਿਆ 19 ਸਾਲ 'ਚ ਸਾਰੇ? ਅਤੇ ਸਰਕਾਰ ਨੇ ਨੇਤਰਾਂ 'ਚ ਨੇਤਰ ਪਾਏ ਮੇਦਨੀ ਪ੍ਰਕਾਸ਼ ਦੇ, ਅਤੇ ਪਹਿਲੇ ਜਾਮੇ ਤੋਂ 10ਵੇਂ ਜਾਮੇ ਤੱਕ ਦਾ ਸਾਰਾ ਸਰੂਪ ਘੁਮਾ ਕੇ ਵਿਖਾਤਾ, ਸਿੱਧਾਂ ਕੋਲ ਬੈਠੇ, ਯੋਗੀਆਂ ਕੋਲ ਬੈਠੇ, ਪਹਿਲੇ ਸਰੂਪ ਤੋਂ। ਆਖੋ ਵਾਹਿਗੁਰੂ, ਪਕੜ ਰਹੇ ਹੋ ਜੀ? ਇੱਧਰੋ ਇੱਥੋਂ ਜੋ ਪਕੜ ਰਹੇ ਹੋ ਮੈਂ ਕੀ ਕਿਹਾ? ਜੇ ਤਾਂ ਸਮਝ ਲੱਗਾ ਤਾਂ ਅੱਗੇ ਤੁਰਾਂ। ਆਪਣੇ ਸਰੂਪ ਦੇ ਵਿੱਚੋਂ ਹੀ ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ ਸਰੂਪ ਵਿਖਾਤਾ। ਵੀ ਵੇਖੋ ਅਸੀਂ ਕਿਹੜੇ ਕਿਹੜੇ ਸਰੂਪ 'ਚ, ਕਿਹੜੇ ਕਿਹੜੇ ਜਦੋਂ ਮਹੱਲਾ ਸੀ, ਜਿਹੜੇ ਜਿਹੜੇ ਪਾਤਸ਼ਾਹੀ ਸੀ, ਉਹ ਅਸੀਂ ਕਿਤਰਾਂ ਜਾ ਕੇ ਇੱਕ ਇੱਕ ਯੋਗੀ ਨੂੰ ਮਿਲੇ ਹਾਂ। ਪਤਾ ਲੱਗ ਗਿਆ ਜੀ, ਰੀਲ ਘੁਮਾ ਕੇ ਵਿਖਾਤੀ। ਉਹ ਕਹਿੰਦਾ ਵੀ ਪਤਾ ਲੱਗ ਗਿਆ, ਪਤਾ ਲੱਗ ਗਿਆ ਮਹਾਰਾਜ, ਪਤਾ ਲੱਗ ਗਿਆ ਤੁਸੀਂ ਸਾਰੇ ਸੰਤਾਂ ਨੂੰ ਮਿਲੇ ਹੋ। ਫਿਰ ਉਹਦਾ ਦੂਸਰਾ ਸਵਾਲ ਸੀ, ਸਤਿਗੁਰੂ ਤੁਸੀਂ ਬੜੇ ਬੜੇ ਵੱਡੇ ਰਾਜਿਆਂ ਨੂੰ ਮਿਲੇ ਹੋ, ਜਿਹਨਾਂ ਕੋਲ ਬੜੇ ਬੜੇ ਘੋੜੇ ਨੇ, ਆਹ ਬੜੇ ਸੋਹਣੇ ਜੇ ਸਵਈਏ ਤੁਸੀਂ ਰੋਜ਼ ਪੜੋਗੇ ਨਾ ਤਾਂ ਜੇ ਆਹ ਸਮਝ ਲੱਗ ਗਈ ਤਾਂ ਆਨੰਦ ਹੀ ਕੁਝ ਹੋਰ ਹੋ। ਦੂਸਰਾ ਕੁਐਸਚਨ ਆ, ਤੁਸੀਂ ਰਾਜਿਆਂ ਮਹਾਰਾਜਿਆਂ ਨੂੰ ਮਿਲੇ ਹੋ? ਮਹਾਰਾਜ ਕਹਿੰਦੇ ਹਾਂ, ਮੈਂ ਉਹਨਾਂ ਨੂੰ ਮਿਲਿਆ ਜਿਹੜੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਇਹਦਾ ਅਰਥ ਆ ਜਿਹਨਾਂ ਕੋਲ ਮਾਤੇ ਦਾ ਮਸਤੇ ਹੋਏ, ਮਤੰਗ ਬੜੇ ਬੜੇ ਹਾਥੀ ਜਿਹਨਾਂ ਦੇ ਮਸਤੇ, ਜਰੇ ਜਰ ਸੰਗ ਜਿਹਨਾਂ 'ਤੇ ਸੋਨਾ ਮੜਿਆ ਸੀ ਹਾਥੀਆਂ 'ਤੇ, ਰਾਜਾ ਮੈਂ ਉਹਨਾਂ ਨੂੰ ਮਿਲਿਆ। ਕੌਣ ਕਹਿੰਦਾ? ਸ਼ਾਬਾਸ਼, ਉੱਚੀ ਬੋਲੋ।
ਮਹਾਰਾਜ ਪਾਤਸ਼ਾਹ ਕਹਿੰਦੇ ਵੀ ਮੈਂ ਉਹਨਾਂ ਰਾਜਿਆਂ ਨੂੰ ਮਤਿ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿੱਖ ਉਦਤ ਪਾਉਣ ਕੇ ਗੌਨ ਕੋ ਜਾਤ ਨਵਾਰੇ। ਕੋਟ ਦਾ ਮਤਲਬ ਕਰੋੜ, ਤੁਰੰਗ ਬਣੇ ਘੋੜੇ, ਜਿਹਨਾਂ ਕੋਲ ਮਸਦੇ ਹੋਏ ਹਾਥੀ ਸੀ, ਜਿਹਨਾਂ ਕੋਲ ਕਰੋੜੇ ਹਾਥੀ ਘੋੜੇ ਸੀ ਅਤੇ ਹਰਨ ਵਾਂਗ ਭੱਜਦੇ ਸੀ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ, ਕੁਰੰਗ ਬਣੇ ਹਰਨ, ਹਰਨ ਵਾਂਗੂ ਜਿਹੜੇ ਦੌੜਦੇ ਸੀ ਘੋੜੇ, ਜਿਹੜੇ ਰਾਜਿਆਂ ਦੀ ਫੌਜ 'ਚ ਇਹੋ ਜਿਹੇ ਘੋੜੇ ਸੀ ਮੈਂ ਉਹ ਵੀ ਵੇਖੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕਜਾਤ ਨਵਾਰੇ ਭਾਰੀ ਭਜਾਨ ਕੇ ਭੂਪ ਭਲੀ ਦਨਿਆਵਤ ਸੀਸ ਨਾ ਜਾਤ ਵਿਚਾਰੇ। ਇਹਦਾ ਅਰਥ ਸੀ, ਇਹ ਤੀਸਰੀ ਲਾਈਨ ਦਾ, ਵੀ ਮੱਟੀਆਂ ਮੋਟੀਆਂ ਬਾਹਾਂ ਵਾਲੇ ਸੂਰਮੇ ਜਿਹੜੇ ਉਸ ਰਾਜੇ ਨੂੰ ਜਦੋਂ ਤੁਰਦਾ ਸੀ ਤੇ ਨਿਆਵਤ ਸੀਸ ਨਹੀਂ ਪਤਾ ਲੱਗ ਰਿਹਾ ਜੀ, ਪਤਾ ਲੱਗ ਗਿਆ ਅੱਗੇ ਸਿਰ ਨਵਾ ਕੇ ਸਲਾਮਾਂ ਕਰਨ ਵਾਲੇ ਇੰਨੇ ਸੀ, ਨਾ ਜਾਤ ਵਿਚਾਰੇ ਜਿਹੜੇ ਗਿਣੇ ਹੀ ਨਹੀਂ ਜਾ ਸਕਦੇ ਸਲੂਟਾਂ ਕਿੰਨੀਆਂ ਵੱਜਦੀਆਂ ਸੀ। ਅਤੇ ਕਲਗੀਧਰ ਪਾਤਸ਼ਾਹ ਨੇ ਮੇਧਨੀ ਪ੍ਰਕਾਸ਼ ਨੂੰ ਆਖਿਆ ਇੱਤੇ ਭੈ ਤੋ ਕਹਾਂ ਭੈ ਭੂਪਤ, ਰਾਜਾ ਜੇ ਏਡੇ ਏਡੇ ਵੱਡੇ ਹਾਥੀਆਂ ਘੋੜਿਆਂ ਵਾਲੇ ਹੋਏ ਤਾਂ ਕੀ ਹੋਇਆ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਬਸ ਆ ਕਹਾਣੀ ਪਤਾ ਲੱਗਾ, ਜੇ ਖੋਪਰੀ 'ਚ ਪੈ ਗਿਆ ਤਾਂ ਮੈਂ ਅੱਗੇ ਤੁਰਾਂ। ਆਖੋ ਵਾਹਿਗੁਰੂ, ਗੱਲ ਤਾਂ ਕਿਣਕਾ ਪੈਣ ਦੀ ਆ, ਦਸ ਮਣ ਪੱਕਾ ਦੁੱਧ ਹੋਵੇ ਨਾ ਅਤੇ ਦੁੱਧ ਭਾਵੇਂ 5 ਕਿਲੋ ਉਹਦੇ 'ਚ ਪਾ ਦਿਓ, ਕੋਈ ਫਰਕ ਨਹੀਂ ਪੈਂਦਾ, ਕੋਈ ਚੇਂਜ ਨਹੀਂ ਆਉਂਦੀ। ਜਿੱਦਣ ਇੱਕ ਬੂੰਦ ਕਿਤੇ ਦਹੀਂ ਦੀ ਡਿੱਗਦੀ ਅਤੇ ਉਦਣ ਗੇਮ ਸ਼ੁਰੂ ਹੁੰਦੀ, ਘਿਓ ਤੱਕ ਦੀ ਗੇਮ ਉਦਣ ਬੋਲੋ। ਦੁੱਧ ਵਿੱਚ ਦੁੱਧ ਭਾਵੇਂ ਜਿੰਨਾ ਮਰਜ਼ੀ ਪਾਈ ਜੋ ਜੰਮਣਾ ਨਹੀਂ, ਇੱਕ ਬੂੰਦ ਭੈਣੋ ਸੁਣੋ ਗੁਰੂ ਸਿੱਖੋ, ਇੱਕ ਬੂੰਦ ਖੱਟੇ ਦੀ ਜਿੱਦਣ ਵਿੱਚ ਪੈਂਦੀ ਅਤੇ ਉਸ ਦਿਨ ਤੋਂ ਸਾਰਾ ਦੁੱਧ ਫੁੱਟ ਕੇ ਅਤੇ ਦਹੀਂ ਬਣਦਾ, ਦਹੀਂ ਤੋਂ ਮੱਖਣ ਬਣਦਾ, ਮੱਖਣ ਤੋਂ ਘਿਓ ਬਣਦਾ ਅਤੇ ਘਿਓ ਤੋਂ ਪ੍ਰਸਾਦ ਬਣਦਾ। ਜੇ ਤੁਸੀਂ ਸਮਝ ਰਹੇ ਹੋ ਤਾਂ ਪ੍ਰਸਾਦ ਤੱਕ ਜਾਣ ਲਈ ਇੱਕ ਬੂੰਦ ਜ਼ਰੂਰੀ ਹੈ। ਤੁਸੀਂ ਜਿੰਨਾ ਮਰਜ਼ੀ ਪੜ੍ਹਿਆ, ਜਿੰਨੇ ਮਰਜ਼ੀ ਨਿਤਨੇਮ ਕੀਤੇ ਨੇ, ਵਿਚਾਰ ਦੀ ਇੱਕ ਬੂੰਦ ਅੰਦਰ ਡਿੱਗਣੀ ਬੜੀ ਜ਼ਰੂਰੀ ਆ। ਇਹ ਸਵਈਏ ਤੋਂ ਅੱਜ ਕੁਝ ਲੈ ਲਿਓ, ਮੇਰੀ ਹੱਥ ਜੁੜ ਕੇ ਬੇਨਤੀ, ਦੱਸ ਤਾਂ ਨਹੀਂ ਮੈਂ ਸਵਾਣ ਆ ਸਕਦਾ, ਹੁਣ ਟਾਈਮ ਹੀ ਭੱਜ ਜਾਂਦਾ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਦਸ ਸਵਈਏ ਤਾਂ ਬਹੁਤ ਅੱਗੇ ਜਾ ਕੇ ਤੀਰਥ ਨਾਨ ਦਇਆ ਦਮਦਾਨ ਸਾਰੇ ਕਾਂਟੇ ਮਾਰੇ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਇੱਕ ਰਤੀ ਬਿਨ ਇੱਕ ਨਾ ਲੇਖੇ। ਇਹ ਸਾਰਾ ਕੁਝ ਬਹੁਤ ਲੰਮਾ ਚੈਪਟਰ ਆ। ਆਖੋ ਵਾਹਿਗੁਰੂ, ਆਪਾਂ ਕਹਿੰਦੇ ਹਾਂ ਵੀ ਜਿੰਨੀ ਚੱਲਣ ਜਾਣੇ ਆ ਇੱਥੋਂ ਤੁਰੇ ਸਾਂ, ਜਿਨ੍ਹਾਂ ਨੂੰ ਇਹ ਪਤਾ ਹੈ ਵੀ ਚੱਲੇ ਜਾਣਾ, ਸੱਚਮੁੱਚੀ ਪਾਗਲ ਇਨਸਾਨ ਗਾਤਰਾ ਵੀ ਪਾਇਆ ਹੈ, ਪੱਗ ਵੀ ਗੋਲ ਬੱਧੀ, ਇਸ ਦੌੜ 'ਚ ਬੈਠਾ ਇੱਕ ਘਰ ਤੋਂ ਦੋ ਘਰ ਹੋ ਜਾਣਾ, ਉਹਨੂੰ ਚੇਤਾ ਭੁੱਲਾ ਵੀ ਇਹ ਘਰ ਮੈਂ ਆਖਰ ਛੱਡ ਜਾਣਾ ਹੈ, ਜਿਹੜਾ ਪਹਿਲਾਂ ਉਹ ਵੀ ਛੱਡ ਜਾਣਾ ਹੈ। ਜਿਹੜੇ ਲੋਕਾਂ ਦੇ ਹੱਕ ਮਾਰ ਕੇ ਦੋ ਖਰੀਦ ਕੇ ਰੱਖ ਲੈਣੇ ਅਤੇ ਰੇਟ ਵਧਿਆ ਅਤੇ ਗਰੀਬ ਖਰੀਦ ਹੀ ਨਾ ਸਕਿਆ, ਇੱਕ ਗਰੀਬ ਬਾਹਰ ਸੜਕ 'ਤੇ ਬੈਠਾ ਹੈ, ਇੱਕ 10 ਘਰਾਂ 'ਤੇ ਕਬਜ਼ਾ ਕਰਕੇ ਬੈਠਾ ਹੈ, ਇੱਕ ਦੀ ਜੇਬ 'ਚ 5 ਰੁਪਈਏ ਨਹੀਂ, ਇੱਕ ਦੇ ਬੈਂਕ ਵਿੱਚ ਗਲਡੇ ਨੇ, ਇਹ ਪਾਗਲ ਪਾਨਿਆ। ਜੇ ਕਿਤੇ ਗੁਰੂ ਨਾਨਕ ਦੀ ਮੱਤ ਸਾਰਿਆਂ ਵਿੱਚ ਆ ਜਾਂਦੀ ਅਤੇ ਸੱਭੇ ਸਾਂਝੀ, ਸਾਰਿਆਂ ਕੋਲ ਘਰ ਹੁੰਦੇ, ਸਾਰਿਆਂ ਦੀ ਜੇਬ 'ਚ ਪੈਸੇ ਹੁੰਦੇ, ਜੇ ਮਗਰਮੱਛਾਂ ਨੇ ਆਪਣੀ ਜੇਬ 'ਚ ਨਾ ਪਾਏ ਹੁੰਦੇ। ਤਾਂ ਮੇਰੇ ਸਾਹਿਬ ਜੀ ਕਹਿੰਦੇ ਜਿੰਨੀ ਚੱਲਣ ਜਾਣਿਆ, ਬੋਲੋ ਹਾਂ, ਇਹਦਾ ਅਰਥ ਲੱਗ ਗਿਆ ਨਾ ਪਤਾ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ ਚਲੇ। ਸੇ ਕਿਉਂ ਕਰੇ ਵਥਾਰ, ਚੱਲਣ ਸਾਰ ਨਾ ਜਾਣੀ, ਕਾਜ ਸਵਾਰਨ ਹਾਰ,
ਜਿਨ੍ਹਾਂ ਨੂੰ ਇਹ ਚੇਤਾ ਭੁੱਲ ਗਿਆ ਵੀ ਇੱਥੋਂ ਚਲੇ ਜਾਣਾ, ਉਹ ਆਉਂਦੇ ਆਹ ਵੀ ਕੰਮ ਸਵਾਰ ਲਓ, ਆਹ ਵੀ ਕੰਮ ਸਵਾਰ ਲਓ। ਮੈਂ ਕਈ ਵਾਰ ਬੇਨਤੀ ਕੀਤੀ, ਇੱਕ ਬੁੱਢਾ ਮਰਨ ਲੱਗਾ ਸੀ, ਆਖੋ ਵਾਹਿਗੁਰੂ ਇਤਨਾ ਮਿੱਠੋ ਸੁਚੇਤ ਹੋ, ਇੱਕ ਬੁੱਢਾ ਮਰਨ ਲੱਗਾ, ਚਾਹੀਦਾ ਤਾਂ ਰੱਬ ਨੂੰ ਯਾਦ ਕਰਨਾ ਸੀ। ਕਹਿੰਦੇ ਪੱਪੂ ਨੂੰ ਬੁਲਾ ਕੇ ਲਿਆਓ, ਅੰਮ੍ਰਿਤਸਰ ਦੀ ਗੱਲ ਆ ਤੁਹਾਡੇ ਘਰਾਂ ਦੇ ਕੋਲ ਦੀ, ਆਖੋ ਵਾਹਿਗੁਰੂ ਪੱਪੂ ਨੂੰ ਬੁਲਾ ਕੇ ਲਿਆਓ। ਪੱਪੂ ਪੋਤਰਾ ਸੀ, ਭੱਜ ਕੇ ਆਇਆ, ਦਾਦਾ ਦੱਸ ਪੁੱਤ ਮੈਂ ਫਲਾਣੇ ਮੁਕਾਮ ਪਿੰਡ ਦੇ ਵਿੱਚ ਪੈਲੀ ਦੇ ਪੈਸੇ ਦਿੱਤੇ, ਰਜਿਸਟਰੀ ਹੋਣੀ ਬਾਕੀ ਆ, ਟਾਈਮ ਨਾਲ ਕਰਾ ਲਈ, ਤੈਨੂੰ ਕੀ ਹੋਵੇ ਨਾ ਹੋਵੇ ਨਹੀਂ ਪਤਾ ਲੱਗਾ, ਅੱਗੇ ਇਹਨੂੰ ਜਾਣ ਦੀ ਜਗ੍ਹਾ 'ਤੇ ਸੁਰਤ ਪਿੱਛੇ ਬੋਲੋ ਨਾ, ਕਾਹਦੇ ਝਟਕੀ ਰਜਿਸਟਰੀ 'ਚ, ਤੂੰ ਮੱਸਿਆ ਚੱਲਿਆ ਵੀ ਮੁੜ ਕੇ ਆਉਣਾ, ਫਿਰ ਪਤਾ ਨਹੀਂ ਲੱਗਾ ਵੀ ਬਜ਼ੁਰਗ ਨੂੰ ਮੇਰਾ ਕੁਐਸਚਨ ਆ ਵੀ ਤੂੰ ਮੱਸਿਆ ਚੱਲਿਆ ਵੀ ਆਣ ਕੇ ਵੇਖਣਾ ਵੀ ਪੈਲੀ ਦੀ ਰਜਿਸਟਰੀ ਹੋ ਗਈ, ਤੈਨੂੰ ਕੀ ਹੋਵੇ ਨਾ ਹੋਵੇ। ਮਗਰ ਜਿਨ੍ਹਾਂ ਨੂੰ ਜਾਣਦਾ ਨਹੀਂ ਪਤਾ ਉਹ ਕਾਜ ਸਵਾਰਦੇ ਰਹਿੰਦੇ ਮਰਦੇ ਦਮ ਤੱਕ, ਪੁੱਤ ਆਹ ਵੀ ਕੰਮ ਕਰਾ ਲਿਓ, ਪੁੱਤ ਆਹ ਵੀ ਕੰਮ ਕਰਾ। ਇਹ ਨਹੀਂ ਕਿਹਾ ਵੀ ਪੁੱਤ ਆਪ ਵੀ ਜਪਿਓ ਤਾਂ ਆਉਣ ਵਾਲੀ ਨਸਲ ਨੂੰ ਵੀ। ਵਾਹਿਗੁਰੂ 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 ਵਾਹਿਗੁਰੂ। ਜੁੜ ਕੇ ਜੁੜ ਕੇ ਬੜਾ ਆਨੰਦ ਆ ਰਿਹਾ ਜੀ ਦੋ ਤਿੰਨ ਦਿਨ ਤੋਂ। ਵਾਹਿਗੁਰੂ 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 ਵਾਹਿਗੁਰੂ। ਤੂੰ ਨਹੀਂ ਤਾਂ ਤੂੰ ਗੁਰੂ ਲੈ ਕੇ ਜਾਓ, ਸਮਾਧੀ ਲੱਗ ਜੂਗੀ। ਗੁਰੂ ਵਾਹਿਗੁਰੂ 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 ਵਾਹਿ ਜੁੜੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਲਾ ਮਹੱਲਾ ਦੂਜਾ ਪਾ ਕੇ ਫਿਰ ਅਗਲਾ ਬਚਨ ਆ, ਪਹਿਲਾਂ ਕੀ ਸੀ ਜਿੰਨੀ ਚੱਲਣ ਜਾਣਿਆ, ਦੂਸਰਾ ਟਿਕੇ ਹੋ ਨਾ, ਦੂਸਰਾ ਫਿਰ ਮਹੱਲਾ ਬਾਹਰ ਹੁਕਮਨਾਮੇ 'ਚ ਰਾਤ ਕਾਰਨ ਧਨ ਸੰਚੀਏ। ਰਾਤ ਕਾਰਨ ਵੀ ਰਾਤ ਨੂੰ ਜਾ ਕੇ ਨਹੀਂ ਪਹਿਲੋਂ ਗਿਣ ਗਿਣ ਕੇ ਰੱਖ ਕੇ ਅੱਜ ਤਾਂ $2,000 ਦਿਹਾੜੀ ਬਣ ਗਈ, ਐਸ ਆਪਣੇ ਅੰਦਰ ਨੂੰ ਖੁਸ਼ ਕਰਨ ਨੂੰ ਰਾਤ ਕਾਰਨ ਵੀ ਰਾਤ ਨੂੰ ਜਦੋਂ ਬੈਠਾਂਗੇ
ਸਭ ਤੋਂ ਪਹਿਲਾਂ ਤਾਂ ਬੈਗ ਫੜਾਊਂਗਾ ਭਾਗਾਂ ਵਾਲੀ ਨੂੰ, ਅਤੇ ਉਹ ਆਖੂਗੀ ਆਹ ਆ ਜਿੰਨੇ ਪੰਜਾਬ ਵਿੱਚ ਲੋਕ ਰਿਸ਼ਵਤ ਲੈ ਰਹੇ ਆ ਨਾ, ਇਹ ਵਿੱਚੋਂ ਜੂਸ ਦਾ ਗਲਾਸ ਨਹੀਂ ਜੇ ਪੀਂਦੇ, ਇਹ ਚਾਹ ਦਾ ਕੱਪ ਨਹੀਂ ਜੇ ਵਿੱਚੋਂ ਪੀਂਦੇ, ਤੁਹਾਡਾ ਤਾਂ ਇੱਕ ਐਕਸ ਸੀ ਐੱਮ ਸੀ ਜਿਹਨੇ ਕਦੀ ਆਪਣੀ ਕਮਾਈ ਦੇ ਵਿੱਚੋਂ ਕਦੀ ਚਾਹ ਦਾ ਕੱਪ ਨਹੀਂ ਪੀਤਾ, ਚਾਹ ਦਾ ਕੱਪ ਵੀ ਰਾਤ ਨੂੰ ਸਰਦਾਰਨੀ ਨੂੰ ਖੁਸ਼ ਕਰਾਂਗੇ, ਵੇਖ ਮੈਂ$2000 ਕਮਾ ਕੇ ਦਿਹਾੜੀ ਲਿਆਇਆ, ਹੈ ਕੋਈ ਇਸ ਤਰ੍ਹਾਂ ਦਾ ਤੇਰਾ ਸਰਦਾਰ, ਤੂੰ ਵੇਖਿਆ ਕਿਸੇ ਦਾ ਇਸ ਤਰ੍ਹਾਂ ਦਾ ਸਰਦਾਰ? ਆਖੋ ਵਾਹਿਗੁਰੂ, ਜਿਹੜਾ ਦਿਹਾੜੀ $2000 ਬਣਾਉਂਦਾ ਹੋਵੇ, ਰਾਤ ਨੂੰ ਗਿਣ ਕੇ ਰੱਖਣ ਲਈ ਅਤੇ ਥੋੜ੍ਹੀ ਜਿਹੀ ਸ਼ਾਂਤੀ ਲੈਣ ਨੂੰ, ਰਾਤ ਕਾਰਨ ਧਨ ਸੰਚੀਏ, ਰਾਤ ਨੂੰ ਇਕੱਠਾ ਕਰਕੇ ਸਿਰਾਣੇ ਥੱਲੇ ਰੱਖਿਆ, ਅਤੇ ਮੇਰਾ ਬਾਬਾ ਕਹਿੰਦਾ ਬਾਹਰ ਪੜ ਕੇ ਆਏ ਉਹ ਭਲ ਕੇ ਚੱਲਣ ਹੋਏ, ਦਿਨ ਚੜਿਆ ਅਤੇ ਵਾਰੀ ਆ ਗਈ। ਇਤਨਾ ਪੜ੍ਹ ਕੇ ਆਇਓ ਤੁਸੀਂ ਜੇ ਕਦੀ ਵਿਚਾਰ, ਬਹੁਤ ਚੌਂਕੜਾ ਮਾਰੋ, ਜੇ ਕਦੀ ਵਿਚਾਰ ਕੇ ਤੁਸੀਂ ਬਾਣੀ ਪੜ੍ਹੋ ਆਖੋ ਵਾਹਿਗੁਰੂ ਅਤੇ ਹੁਕਮਨਾਮਾ ਪੜ੍ਹ ਕੇ, ਸੱਚਮੁੱਚੀ ਲੱਤਾਂ ਉੱਥੇ ਗੱਡੀਆਂ ਜਾਣਗੀਆਂ, ਅਤੇ ਸੱਚਮੁੱਚੀ ਜਿਹੜੀ ਜਿਹੜੀ ਗੁਰਬਾਣੀ ਦੇ ਵਿੱਚੋਂ ਤੁੱਕ ਪੜੋਗੇ, ਮੇਰੀ ਹੱਥ ਜੋੜ ਕੇ ਬੇਨਤੀ, ਉਹਨੂੰ ਆਪਣੇ 'ਤੇ ਲਾਇਓ। ਉਹੋ ਹੀ ਪਾਗਲਪਨ ਮੈਂ ਕਰ ਰਿਹਾ, ਜੋ ਪਾਗਲਪਨ 1 ਕਰੋੜਪਤੀ ਕਰ ਰਿਹਾ ਹੈ ਉਹੀ ਪਾਗਲਪਨ ਮੈਂ ਵੀ ਕਰ ਰਿਹਾ। ਨੋਟ ਕਰਿਓ, ਗਹਿਰਾ ਕੈਮਰਾ ਮਾਰ ਕੇ ਵੇਖਣਾ, ਉਹੋ ਹੀ ਲੱਛਣ ਮੇਰੇ ਆ। ਮੇਰਾ 200 ਬਣਿਆ, ਉਹਦਾ 2000 ਬਣਿਆ, ਪਤਾ ਲੱਗਾ ਸੁਰਤ ਸਾਰਿਆਂ ਦੀ ਇੱਕ ਜਗ੍ਹਾ 'ਤੇ ਟਿਕੀ। ਨਾਨਕ ਨਾਲ ਨਾ ਚੱਲੇ, ਉਹ ਬਾਹਰ ਪੜ੍ਹ ਕੇ ਵੇਖੋ, ਨਾਨਕ ਫਿਰ ਬੋਲੋ, ਜਿਹੜਾ ਕਮਾਇਆ ਸੀ ਫਿਰ ਪਛਤਾਵਾ ਹੋਏ, ਫਿਰ ਮਰਨ ਲੱਗੇ ਬੁੱਢੇ ਅੱਖਾਂ ਕਾਲੀਆਂ ਕਰ ਬੈਂਦੇ ਨੇ, ਮਰਨ ਲੱਗੇ ਪਛੋਤਾਵੇ 'ਚ ਸੜ ਸੜ ਕੇ ਜਾਂਦੇ ਨੇ, ਹੈ ਮੇਰਿਆ ਮਨਾ ਜਿਹੜਾ ਧਨ ਨਾਲ ਜਾਣਾ ਸੀ ਉਹ ਮੈਂ ਇਕੱਠਾ ਹੀ ਨਹੀਂ ਕੀਤਾ। ਧਨ ਨੇ ਉਹ ਲੋਕ ਜਿਹੜੇ ਉਹ ਧਨ ਕੱਢ, ਸੋ ਧਨ ਸੰਚੋ, ਬੋਲੋ ਸੰਚੋ ਬਣੇ ਇਕੱਠਾ ਕਰੋ, ਸੋ ਧਨ ਸੰਚੋ ਜੋ ਚਾਲੇ ਨਾਲੇ। ਭੱਜ ਗਏ ਹੋ ਨਾ, ਗੱਲ ਸੁਣਦੇ ਸੁਣਦੇ ਭੱਜ ਗਏ ਹੋ ਨਾ ਮੇਰਾ ਵੀਰ, ਫਿਰ ਇਸ ਤਰ੍ਹਾਂ ਹੀ ਨਹੀਂ ਨਾ, ਇਸੇ ਤਰ੍ਹਾਂ ਬੰਦਾ ਬੰਦਾ ਹੀ ਆਉਂਦਾ ਅਤੇ ਬੰਦਾ ਮੁੜਦਾ। ਮੇਰੀ ਇਹ ਭਾਵਨਾ ਹੈ ਕਿ ਬੰਦਾ ਆਵੇ ਅਤੇ ਰੱਬ ਬਣ ਕੇ ਜਾਵੇ। ਸੁਣਿਆ ਜੀ, ਕਥਾ ਸੁਣਨ ਵਾਲਾ, ਕੀਰਤਨ ਸੁਣਨ ਵਾਲਾ ਆਵੇ ਆਮ ਇਨਸਾਨ, ਅਤੇ 1 ਮਿੰਟ ਵਿੱਚ ਜਿਹੜਾ ਕਿਤੇ ਚੋਟ ਵੱਜੇ ਅਤੇ ਜਾਣ ਲੱਗੇ ਦਾ ਸਭ ਕੁਛ ਬਦਲਿਆ ਹੋਵੇ, ਬੋਲੀ ਬਦਲ ਗਈ ਹੋਵੇ, ਆਓ ਪਾਓ ਬਦਲ ਗਏ ਹੋਣ, ਜੇ ਸੁਣੇ ਤੇ ਸੁਣਿਆ ਸਿੱਧ ਪੀਰ ਬਣਦੇ ਕਿਉਂ ਨਹੀਂ? ਫਿਰ ਇੰਨੇ ਸੁਣਨ ਵਾਲੇ ਬਣਦੇ ਕਿਉਂ ਨਹੀਂ? ਸੁਣਿਆ ਧਰਤ ਧਵਲ, ਸੁਣਿਆ ਦੀਪ ਲੋਭ ਪਤਾਲ, ਸੁਣਿਆ ਪੋਹ ਨਾ ਸਕੇ ਨਾਨਕ ਭਗਤਾਂ ਸਦਾ ਵਗਾ, ਸੁਣਿਆ ਦੁੱਖ ਪਾਵਕਾ, ਹੋਇਆ ਕਿਉਂ ਨਹੀਂ? ਸੁਣਿਆ ਨਹੀਂ। ਹੁਣੇ ਸੰਦੀਪ ਸਿੰਘ ਆਇਆ ਮੇਰਾ ਵੀਰ, ਇੱਕ ਚੰਗਾ ਭਲਾ ਮੈਂ ਉਦੋਂ ਦਾ ਧਿਆਨ ਰੱਖਿਆ ਸੀ, ਜੁੜਿਆ ਬੈਠਾ ਸੀ, ਸੰਦੀਪ ਸਿੰਘ ਵੱਲ ਵੇਖਣ ਲੱਗ ਪਿਆ, ਕੌਣ ਆ, ਕਿੱਥੋਂ ਆਇਆ, ਕਿੱਥੇ ਬੈਠਾ, ਸਾਰੇ ਹੀ ਕਰ ਰਿਹਾ। ਕੀ ਕਿਹਾ ਮੈਂ? ਸਾਰੇ ਹੀ ਕਰ ਰਿਹਾ। ਧਨ ਨੇ ਉਹ ਰੂਹਾਂ ਜਿਹੜੀਆਂ ਚਕੋਰ ਵਾਂਗ ਅੱਖਾਂ ਗੱਡ ਬੈਠੀਆਂ, ਚਕੋਰ ਵਾਂਗ ਅੱਖਾਂ ਗੱਡ ਬੈਠੀਆਂ, ਵੀ ਗੱਲ ਕੀ ਚੱਲ ਰਹੀ, ਸੁਣੀਏ ਤਾਂ ਸਹੀ। ਦੋ ਸਲੋਕ ਨੇ ਮੈਂ ਪਹਿਲਾਂ, ਇੱਕ ਪੜ੍ਹਿਆ ਆਖ ਵਾਹਿਗੁਰੂ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਥਾਰ, ਜਿਨ੍ਹਾਂ ਨੂੰ ਪਤਾ ਵੀ ਮੈਂ, ਉਹ 1 ਘਰ ਤੋਂ 10 ਘਰ ਬਣਾਉਣ 'ਚ ਲੱਗੇ ਰਹੇ,
ਜੋ ਘਰ ਛੱਡ ਗਵਾਵਣਾ, ਬੋਲੋ ਆਪਣੇ ਆਪ ਨੂੰ ਕਿਉਂ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਸੋ ਲੱਗਾ ਅਰਥ ਕੀ ਬਣਿਆ ਜੀ, 24 ਘੰਟੇ ਉਹੀ ਮਨ 'ਚ ਵਸਿਆ ਵਾ ਜਿਹੜਾ ਘਰ ਛੱਡ ਜਾਣਾ, ਜਿੱਥੇ ਜਾਏ ਤੁਧ ਵਰਤਣ, ਜਿੱਥੇ ਜਾ ਕੇ ਤੂੰ ਰਹਿਣਾ ਹੈ, ਤਿਸ ਕੀ ਚਿੰਤਾ ਨਾ ਏ, ਤਿਸ ਕੀ, ਉਹ ਘਰ ਜਿੱਥੇ ਜਾ ਕੇ ਰਹਿਣਾ ਹੈ ਜੀਵ ਆਤਮਾ ਨੇ, ਦੱਸੋ ਗੁਰੂ ਕੇ ਪਿਆਰੇ ਹੋ ਕਿੰਨਿਆਂ ਕੁ ਨੂੰ ਚਿੰਤਾ ਹੈ, ਹਾਲੇ ਤਾਂ ਇੱਥੇ ਫਸੇ ਹਾਂ। ਦੋ ਗੱਲਾਂ ਕਹੀਆਂ ਰਾਤ ਕਾਰਨ ਧਨ ਸੰਜੀਏ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ, ਫਿਰ ਤੀਸਰੇ 'ਚ ਤਾਂ ਕਮਾਲ ਕਰਤੀ, ਕਹਿੰਦੇ ਜੇ ਤੈਨੂੰ ਚੇਤਾ ਵੀ ਆ ਜਾਏ ਤਾਂ ਤੂੰ ਵੱਧੋ ਰਾਤਾਂ ਹੁਣ ਕੁਛ ਸੁਣ ਕੇ ਅਤੇ ਅੱਧੀ ਅੱਧੀ ਰਾਤ ਵੀ ਉੱਠਣ ਲੱਗ ਪਏ, ਆਖੋ ਵਾਹਿਗੁਰੂ, ਅੱਧੀ ਅੱਧੀ ਚਾਹ ਨਹੀਂ, ਚਾਹ ਨਹੀਂ, ਬੱਧਾ ਚੁੱਟੀ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੁਣ ਰਿਹਾ ਵੀ ਨਾ ਗੁਣ ਕਿਸੇ ਕੰਮ ਨਹੀਂ। ਤੂੰ ਤਾਂ ਕਈ ਮੇਰੇ ਵੀਰ ਇਸ ਤਰ੍ਹਾਂ ਦੇ ਆ ਜਿਹੜੇ ਰਾਤ ਨੂੰ ਇਹਦੇ ਘੜੀ ਦੇ ਉੱਤੇ ਅਲਾਰਮ ਲਾਉਂਦੇ ਵੀ ਮੈਂ ਸਵੇਰੇ ਉੱਠੂੰਗਾ, ਜਦੋਂ ਸਵੇਰ ਦੀ ਕਹਾਣੀ ਆਈ ਘੰਟੀ ਵੱਜੀ ਉਹਦੇ ਉੱਤੇ ਇਸ ਤਰ੍ਹਾਂ ਹੱਥ ਰੱਖਤਾ, ਉਹਨੂੰ ਕਿਹਾ ਸੱਜਣਾ ਤੂੰ ਵੀ ਸੌਂ ਜਾ ਮੈਨੂੰ ਵੀ ਸੌਂ ਦੇ, ਉਹ ਬਟਨ ਜਿਹੇ ਦੇ ਉੱਤੇ ਨਹੀਂ ਬੰਦ ਹੀ ਨਹੀਂ ਕੀਤਾ, ਹੱਥ ਰੱਖਿਆ ਵੀ ਫੇਰ ਨਾ ਵੱਜੇ, ਇਹ ਵੱਧਾ ਚੱਟੀ। ਜੇ ਤੂੰ ਉੱਠ ਵੀ ਖੁੱਲਵਾਂਗਾ ਸੱਚਮੁੱਚ ਜੀ ਤੇਰੀ ਸੁਰਤ ਥੋੜ੍ਹੀ ਪਿਆਰ ਕਰ ਰਹੀ ਹੈ ਵੀ ਮੈਂ ਸੁਣਿਆ ਸਿੱਧ ਪੀਰ ਪੜ੍ਹਾਂ, ਸੁਣਿਆ ਸਤ ਸੰਤੋਖ ਪੜ੍ਹਾਂ, ਮੈਂ ਮੰਨੇ ਕੀ ਪੌੜੀ ਪੜ੍ਹਾਂ, ਮੰਨੇ ਦੇ ਦਰਸ਼ਨ ਕਰਾਂ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ, ਇਹਦੇ ਮੈਂ ਦਰਸ਼ਨ ਕਰਾਂ, ਇਹ ਚਾਹ ਥੋੜ੍ਹਾ ਚੜ੍ਹਿਆ ਹੈ। ਇੱਕ ਇੱਕ ਤੁੱਕ ਗੁਰਬਾਣੀ ਦੀ ਗੁਰੂ ਦਾ ਦਰਸ਼ਨ ਆ, ਆਖੋ ਵਾਹਿਗੁਰੂ, ਅਤੇ ਗੁਰੂ ਦੇ ਦਰਸ਼ਨ ਦੇ ਅਜੇ ਚਾਹ ਥੋੜ੍ਹੇ ਚੜ੍ਹੇ ਨੇ। ਉੱਠਿਆ ਵਾਸ਼ਰੂਮ ਤੱਕ ਗਿਆ, ਪਤਾ ਨਹੀਂ ਕਿੰਨੀ ਵਾਰ ਆਖਿਆ, ਲੋਕ ਸਾਰੇ ਸੁੱਤੇ ਨੇ, ਮੈਂ ਹੀ ਪੰਗੇ 'ਚ ਪਿਆ, ਪਤਾ ਨਹੀਂ ਕੀ ਕੁਝ ਬੋਲਿਆ ਅੰਦਰ ਹੀ ਅੰਦਰ ਆਪਣੇ ਆਪ ਨਾਲ ਹੀ, ਆਖੋ ਵਾਹਿਗੁਰੂ। ਵੇਖੋ ਸਾਰੇ ਨਾਲੇ ਨਾਲ ਦੇ ਕਮਰਿਆਂ ਦੇ ਵਿੱਚ ਘਰਾੜੇ ਵੱਜਣ ਡਏ ਨੇ, ਇਸ ਤਰ੍ਹਾਂ ਦੇ ਮਾਹੌਲ ਵਿੱਚ ਜੇ ਤੂੰ ਕੀਤਾ ਕੀਤਾ ਤਾਂ ਮੇਰਾ ਬਾਬਾ ਕਹਿੰਦਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਆਖਿਆ ਜੀ ਫਿਰ ਗੁਣ ਅਤੇ ਉਪਕਾਰ ਕਦੋਂ ਬਣਦੇ, ਕਹਿੰਦੇ ਸੇਤੀ ਖੁਸ਼ੀ ਸਵਾਰੀਏ, ਕੋਈ ਖੁਸ਼ੀ ਨਾਲ ਉੱਠੇ ਵੀ ਮੈਨੂੰ ਕੁਝ ਮਿਲਣਾ ਹੈ, ਆਖੋ ਵਾਹਿਗੁਰੂ ਮੈਨੂੰ ਕੁਝ ਜੋ ਮੈਂ ਸਾਰੀ ਜ਼ਿੰਦਗੀ ਨਹੀਂ ਕਮਾ ਸਕਿਆ ਉਹ ਇੱਕ ਛਿਨ ਵਿੱਚ ਮਿਲਣਾ ਹੈ। ਨਿਮਖ ਏਕ ਹਰ ਨਾਮ ਦੇ, ਇੱਕ ਨਿਮਖ ਵੀ ਮਿਲ ਗਿਆ ਅਤੇ ਮੇਰਾ ਮਨ ਤਨ ਬਿਲਕੁਲ ਉਹ ਚੀਜ਼ ਮਿਲਣੀ ਆ, ਇੰਨੇ ਪਾ ਕੇ ਇੰਨੇ ਪੈਸੇ ਕਮਾ ਕੇ ਵੀ ਕੁਛ ਨਹੀਂ ਬਣਿਆ, ਸ਼ਾਂਤੀ ਨਹੀਂ ਆਈ, ਹੁਣ ਮੈਨੂੰ ਮੇਰਾ ਸਤਿਗੁਰੂ ਰਸਨਾ ਗੁਣ ਗੋਬਿੰਦ ਨਿਤ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜੋ, ਇਹਦੇ ਵਿੱਚੋਂ ਹੀ ਪੈਦਾ ਹੋ ਗਿਆ ਸ਼ਾਂਤ ਸਹਿਜ ਅਤੇ ਰਹੱਸ ਮਨ ਦੇ ਵਿੱਚੋਂ ਹੀ ਪੈਦਾ ਹੋ ਗਿਆ, ਮਨ ਜੁੜ ਗਿਆ ਸੱਚਮੁੱਚ ਇਹੋ ਜਿਹੀ ਜਗ੍ਹਾ 'ਤੇ ਜੁੜਿਆ ਜਿੱਥੋਂ ਆਹ ਚੀਜ਼ਾਂ ਨਿਕਲੀਆਂ, ਅੱਗੇ ਮਨ ਜੁੜਿਆ ਸੀ ਪਦਾਰਥਾਂ ਨਾਲ ਉਹਦੇ ਵਿੱਚੋਂ, ਆਖੋ ਵਾਹਿਗੁਰੂ। ਇੱਕ ਬਚਨ ਗੁਰਬਾਣੀ 'ਚ ਲਿਖਿਆ ਅਸਥਿਨ ਬਿਨ ਗਊ ਲਵੇਰੀ, ਬੋਲੋ ਭਲਾ ਉੱਚੀ ਬੋਲੋ, ਇੱਕ ਨੋਟ ਫੜ ਲਓ ਆਪਣੀ ਸੁਰਤ ਵਿੱਚ 20 ਦਾ ਡਾਲਰ ਫੜ ਲਓ, 20 ਦਾ ਡਾਲਰ, ਤੂੰ ਕਹਿੰਦਾ ਇਹਨੂੰ ਲੈ ਕੇ ਸ਼ਾਂਤੀ ਆ ਗਈ ਆ, ਇਹਨੂੰ ਥਾਣ ਲੱਗੇ ਨੇ ਕੋਈ ਜਿਹਦੇ ਨਾਲ ਤੂੰ ਰੱਜ ਜਾਏਗਾ, ਥਾਣ ਅਸਥਿਨ ਲਿਖਿਆ ਉੱਥੇ ਗੁਰਬਾਣੀ 'ਚ, ਜਿਹ 'ਚੋਂ ਇਹਦੇ ਵਿੱਚੋਂ ਕੁਝ ਵਗਦਾ ਹੈ,
ਸਮਝ ਲਾ ਵੀ ਤੂੰ ਐਵੇਂ ਆਖਿਆ ਵੀ ਮੈਨੂੰ ਇੰਨੇ ਮਿਲ ਗਏ ਅਤੇ ਮੈਂ ਰੱਜ ਗਿਆ, ਤੂੰ ਝੂਠ ਬੋਲਿਆ ਹੈ। ਜਿਹਨੂੰ ਥਾਣੀ ਨਹੀਂ ਲੱਗੇ ਉਹਦੇ ਨਾਲ ਤੂੰ ਕਿਸ ਤਰ੍ਹਾਂ ਰੱਜੇਗਾ? ਅਸਥਿਨ ਬਿਨ ਗਊ। ਇਤਨਾ ਹੀ ਲੋਕ ਇਹਦੇ ਪਿੱਛੇ ਲੱਗ ਕੇ, ਮੇਰਾ ਸਤਿਗੁਰੂ ਕਹਿੰਦਾ ਜਿਹੜੇ ਖੁਸ਼ੀ ਨਾਲ ਉੱਠ ਕੇ ਕੁਝ ਘੰਟੇ ਕੁਝ ਘੜੀਆਂ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਨੇ, ਛੇਤੀ ਖੁਸ਼ੀ ਸਵਾਰੀਏ। ਦੋ ਤਰ੍ਹਾਂ ਦੀ ਸੇਵਾ ਹੁੰਦੀ, ਆਖੋ ਵਾਹਿਗੁਰੂ। ਇੱਕ ਸੇਵਾ ਲਾਈ ਆ ਪੰਜਾਂ ਪਿਆਰਿਆਂ, ਹਾਜ਼ਰੋ ਪੰਜਾਂ ਪਿਆਰੇ ਇਹਨਾਂ ਨੂੰ ਸੇਵਾ ਕਹਿ ਲਓ। ਸਾਡੇ ਘਰ 'ਤੇ ਤਨਖਾਹ ਨੂੰ ਡੰਨ ਨੂੰ ਵੀ ਸੇਵਾ ਕਹਿੰਦੇ। ਇਹ ਬਾਬੇ ਨਾਨਕ ਦਾ ਘਰ ਆ, ਜਿਹਨੂੰ ਕਹਿੰਦੇ ਸਜ਼ਾ ਲਵਾਉਣੀ, ਉਹ ਸਜ਼ਾ ਨਹੀਂ ਕਹਿੰਦੇ, ਉਹ ਕਹਿੰਦੇ ਤੈਨੂੰ ਸੇਵਾ ਲਾਉਂਦੇ ਹਾਂ ਵੀ ਤੂੰ ਪੰਜ ਪਾਠ ਇੰਨੇ ਕਰ ਲਾ, ਮਗਰ ਉਹ ਪੰਜ ਪਾਠ ਤੇਰੀ ਗਰੋਥ ਵਿੱਚ ਸਹਾਈ ਨਹੀਂ ਹੋਣੇ, ਕਿਉਂਕਿ ਤੂੰ ਚਾਹੁੰਦਾ ਨਹੀਂ ਸਹਿ ਪੰਜਾਂ ਦੇ ਹੁਕਮ ਨਾਲ ਕਰ ਰਿਹਾ। ਜੋੜੇ ਬਾਦਲ ਵੀ ਝੜ ਗਿਆ ਵਾ, ਜੋੜੇ ਉਹਦਾ ਮੁੰਡਾ ਵੀ ਝੜ ਗਿਆ, ਜੋੜੇ ਉਹਦੀ ਨੌਂਹ ਵੀ ਝੜ ਗਈ, ਜੋੜੇ ਸਾਰੇ ਅਕਾਲੀ ਝੜ ਗਏ ਨੇ, ਮਗਰ ਬੱਧੋ ਰੁੱਤੇ ਨਹੀਂ ਪਤਾ ਲੱਗਾ ਜੀ? ਪਤਾ ਲੱਗਾ ਕਿ ਨਹੀਂ? ਕਿਸੇ ਦੇ ਕਹਿਣ 'ਤੇ, ਕਹਿਣ 'ਤੇ ਝਾੜੇ ਅਤੇ ਬੱਧੋ ਰੁੱਤੇ ਝਾੜੇ। ਮੇਰਾ ਗੁਰੂ ਕਹਿੰਦਾ ਜਦੋਂ ਤੇਰੀ ਕੋਈ ਸਜ਼ਾ ਨਾ ਲੱਗੀ ਹੋਵੇ, ਤੈਨੂੰ ਕੋਈ ਸੇਵਾ ਨਾ ਲੱਗੀ ਹੋਵੇ, ਅਤੇ ਆ ਹਾਂ ਫਿਰ ਝਾੜ ਹਾਂ ਗੁਰੂ ਨਾਨਕ ਦੇ ਚਰਨਾਂ ਦੇ ਜੋੜੇ ਗੁਰਸਿੱਖਾਂ ਦੇ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਅਤੇ ਅੰਦਰੋਂ ਗਾਹ ਗੁਰਸਿੱਖਾਂ ਕੀ ਹਰ ਧੂਰ ਦੇ, ਹਮ ਪਾਪੀ ਵੀ ਗਤ। ਉੱਥੇ ਕਰਦਾ ਸੇਵਾ ਕਰਿਆ ਕਰ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਤੂਰ ਕਰੋਂ ਇਸ਼ਨਾਨ, ਸਾਧ ਉੱਪਰ ਜਾਈਏ। ਇਤਨਾ ਕਰਾਂ ਹਾਂ ਜੋੜਿਆਂ ਦੀ ਸੇਵਾ, ਅਤੇ ਤੈਨੂੰ ਕਿਸੇ ਦਾ ਪ੍ਰੈਸ਼ਰ ਨਾ ਹੋਵੇ। ਸੱਚੀ ਮੁੱਚੀ ਜੇ ਤੂੰ ਪੁੱਤ ਮੰਗਣ ਨੂੰ ਵੀ, ਪੁੱਤ ਮੰਗਣ ਨੂੰ ਜੋੜੇ ਝਾੜੇ ਆ ਨਾ, ਆਖੋ ਵਾਹਿਗੁਰੂ। ਉਹ ਵੀ ਬੱਧਾ ਚੱਟੇ, ਉਹ ਵੀ ਕਿਸੇ ਮੰਗ ਪਿੱਛੇ ਝਾੜ ਰਿਹਾ। ਤੂੰ ਕਿਤੇ ਸੇਵਾ ਕਰਤ ਹੋਏ ਨੇ ਕਾਮੀ, ਜਦਨ ਜੋੜੇ ਝਾੜੇ ਤੇਰੀ ਕਾਮਨਾ ਕੋਈ ਨਾ ਹੋਵੇ। ਪਤਾ ਲੱਗਾ ਜੀ? ਕਾਹੂ ਫਲਕੀ, ਕੋਈ ਇੱਛਾ ਨਾ ਹੋਵੇ ਤੈਨੂੰ, ਅਤੇ ਆਣ ਕੇ ਖੁਸ਼ੀ ਨਾਲ ਝਾੜ। ਸੱਚਮੁੱਚ ਇੱਕ ਦਿਨ ਦੀ ਸੇਵਾ, ਆਖੋ ਵਾਹਿਗੁਰੂ, ਇੱਕ ਦਿਨ ਦੀ ਸੇਵਾ ਤੈਨੂੰ ਭਾਈ ਬਹਿਲੋ ਅਤੇ ਸਭ ਤੋਂ ਪਹਿਲੋਂ ਬਣਾ ਦਿਓ। ਇੱਕ ਦਿਨ ਦੀ ਸੇਵਾ ਆਇਆ ਕਰੋ, ਭੱਜੇ ਆਣ ਕੇ ਜੋੜੇ ਖਾਨੇ ਜੋੜੇ ਰੱਖ ਕੇ ਨਾ ਭੱਜ ਜਿਆ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜਦੋਂ ਆਪ ਸਰੀਰ ਵਿੱਚ ਸੀ ਨਾ, ਸੁਣੋ ਧਿਆਨ ਨਾਲ ਸੁਣੋ, ਆਖੋ ਵਾਹਿਗੁਰੂ, ਜਦੋਂ ਸਰੀਰ ਵਿੱਚ ਅੰਮ੍ਰਿਤਸਰ ਸਾਹਿਬ ਸੀ ਅਤੇ ਕਾਬਲ ਤੋਂ ਸੰਗਤ ਆਈ, ਸੁਣੋ ਕਾਬਲ ਤੋਂ, ਅਤੇ ਸਾਹਿਬ ਕਿਹੜੇ ਕਿਸੇ ਕਲਗੀ ਲਾਈ ਫਿਰਦੇ ਸੀ ਜਾਂ ਵੱਖਰੇ ਹੋ ਕੇ ਗੱਦੀ ਲਾ ਕੇ ਬੈਠੇ, ਸੰਗਤ ਦੇ ਵਿੱਚ ਹੀ ਵਿਚਰਦੇ ਸੀ, ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪੋਥੀ ਪਰਮੇਸ਼ਰ ਕਾ ਥਾਨ ਦਾ ਪ੍ਰਕਾਸ਼ ਹੋ ਚੁੱਕਿਆ ਸੀ, ਅਤੇ ਉਦਣ ਤੋਂ ਆਪ ਮੰਜੇ 'ਤੇ ਨਹੀਂ ਸੀ ਸੌਂਦੇ, ਪੋਥੀ ਨੂੰ ਪਲੰਘ 'ਤੇ ਸੁਭਾਇਮਾਨ ਕਰਕੇ ਆਪ ਥੱਲੇ ਸੌਂਦੇ ਸੀ ਗੁਰੂ ਅਰਜਨ ਦੇਵ ਸਾਹਿਬ। ਅਤੇ ਕਾਬਲ ਤੋਂ ਆਈ ਸੰਗਤ ਰੋਂਦੀ ਫਿਰਦੀ ਸੀ ਪਰਿਕਰਮਾ 'ਚ, ਸੁਣ ਰਹੇ ਹੋ ਪੁੱਤ ਧਿਆਨ? ਕਾਬਲ ਤੋਂ ਆਈ ਸੰਗਤ ਕੀ ਕਰਦੀ? ਰੋਂਦੀ ਫਿਰਦੀ, ਬਾਬਾ ਬੁੱਢਾ ਸਾਹਿਬ ਨੂੰ ਮਿਲ ਪਈ, ਆਖੋ ਵਾਹਿਗੁਰੂ। ਅਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਵੀ ਗੁਰੂ ਨਾਨਕ ਦਾ ਘਰ ਇਸ ਤਰ੍ਹਾਂ ਦਾ, ਇੱਥੇ ਰੋਂਦੇ ਆਉਂਦੇ ਹੱਸਦੇ ਜਾਂਦੇ ਨੇ, ਅਤੇ ਤੁਸੀਂ ਇਸ ਘਰ 'ਚ ਆਣ ਕੇ ਰੋਂਦੇ ਕਿਉਂ ਜੇ? ਅਤੇ ਸੰਗਤ 'ਚੋਂ ਮੋਹਰੀ ਜਿਹੜਾ ਸੀ ਉਹਨੇ ਗਲ 'ਚ ਪੱਲਾ ਪਾ ਕੇ ਕਿਹਾ, ਤਿੰਨ ਦਿਨ ਹੋ ਗਏ ਆਇਆਂ ਨੂੰ, ਅਤੇ ਕਾਬਲ ਤੋਂ ਚੱਲ ਕੇ ਆਏ ਹਾਂ ਅਤੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਨਹੀਂ ਹੋਏ। ਬਾਬਾ ਬੁੱਢਾ ਸਾਹਿਬ ਕਹਿੰਦਾ ਉਹ ਕਰਾਈਏ, ਆਖੋ ਵਾਹਿਗੁਰੂ। ਨਾਲ ਫੜ ਲਿਆ ਰੋਂਦੀ ਸੰਗਤ ਨੂੰ,
ਅਤੇ ਆਣ ਕੇ ਦਰਸ਼ਨੀ ਡਿਓੜੀ ਦੇ ਅੱਗੇ ਵੇਖਿਆ ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਗੁਰਸਿੱਖਾਂ ਦੇ ਜੋੜੇ ਸਾਹਿਬ ਕਰ ਰਹੇ। ਮੈਂ ਨਹੀਂ ਜੇ ਕਹਿੰਦਾ, ਇਤਿਹਾਸ ਕਹਿੰਦਾ ਜੇ ਗੁਰਸਿੱਖਾਂ ਦੇ ਜੋੜੇ ਸਾਫ਼ ਕਰ ਰਹੇ। ਅਤੇ ਬਾਬਾ ਬੁੱਢਾ ਸਾਹਿਬ ਦੀਆਂ ਚੀਕਾਂ ਨਿਕਲ ਗਈਆਂ, ਸਤਿਗੁਰੂ ਗਰੀਬ ਨਵਾਜੇ, ਕੰਮ ਸਿੱਖਾਂ ਦਾ ਹੈ, ਤੁਹਾਡਾ ਕਿਉਂ? ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਵੀ ਸਿੱਖ ਹਾਂ, ਮੈਂ ਗੁਰੂ ਨਹੀਂ, ਅਤੇ ਸੇਵਾ ਸਾਰੇ ਹੀ ਕਰ ਸਕਦੇ ਆ। ਕਹਿਣ ਲੱਗੇ, ਨਹੀਂ, ਇਹ ਸਿੱਖ ਦਾ ਕੰਮ ਹੈ, ਅਸੀਂ ਬਹਿੰਦੇ ਇੱਥੇ, ਤੁਸੀਂ ਤਖ਼ਤ 'ਤੇ ਬੈਠੋ ਜਾ ਕੇ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਬੁੱਢਿਆ ਮੇਰੇ ਕੋਲ ਆ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ, ਜਿੱਥੇ ਜੋੜਿਆਂ ਦੇ ਅੰਦਰ ਬੈਠੇ ਸੀ ਨਾ, ਉੱਥੇ ਆਵਾਜ਼ ਮਾਰ ਕੇ ਕਹਿੰਦੇ, ਇੱਥੇ ਮੇਰੇ ਕੋਲ ਆ। ਕੋਲ ਗਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ, ਬਾਬਾ ਬੁੱਢਾ ਸਾਹਿਬ ਸਿਰ 'ਤੇ ਹੱਥ ਰੱਖਿਆ, ਬਾਬਾ ਬੁੱਢਾ ਸਾਹਿਬ ਦੇ। ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਆ ਜਿੰਨੀ ਸੰਗਤ ਖਲੋਤੀ, ਜਿਨ੍ਹਾਂ ਦੇ ਜੋੜੇ, ਜਰਾ ਮੂੰਹ ਵੱਲ ਵੇਖ ਇਹਨਾਂ ਦੇ। ਵੇਖਿਆ ਬਾਬਾ ਬੁੱਢਾ ਸਾਹਿਬ ਨੇ, ਇੱਕ ਇੱਕ ਗੁਰਦੁਆਰੇ ਆਉਣ ਵਾਲੇ ਦੇ ਸਿੱਖ ਤੋਂ ਗੁਰੂ ਨਾਨਕ ਦੇ ਦਰਸ਼ਨ ਹੋਏ। ਜਿਹੜਾ ਗੁਰਦੁਆਰੇ ਆਉਂਦਾ, ਇਹਦੇ ਜੋੜੇ ਝਾੜਨੇ, ਅਤੇ ਗੁਰੂ ਦੇ ਜੋੜੇ ਝਾੜਨੇ ਨੇ, ਕਿਤੇ ਛੋਟੀ ਜਿਹੀ ਕਹਾਣੀ ਥੋੜ੍ਹੀ ਆ। ਜਿਹੜਾ ਬੰਦਾ ਮੇਰਾ ਸਾਹਿਬ ਕਹਿੰਦਾ, ਜਿਹੜਾ ਖੁਸ਼ੀ ਨਾਲ ਇੱਥੇ ਆਣ ਕੇ ਜੋੜੇ ਝਾੜਦਾ ਹੈ, ਇਹ ਜਾਣ ਕੇ ਭਾਵਨਾ ਬਣਾ ਕੇ ਵੀ ਇੱਕ ਇੱਕ ਗੁਰਦੁਆਰੇ ਆਉਣ ਵਾਲਾ ਗੁਰੂ ਦਾ ਸਿੱਖ, ਗੁਰੂ ਦਾ ਰੂਪ ਆ। ਤੁਸੀਂ ਇਹ ਨਾ ਕਿਹਾ ਕਰੋ, ਇਹ ਤਾਂ ਬੰਤਾ ਸੌਂਦੇ ਆ, ਪਰੇ ਛੱਡ ਇਹਨੂੰ, ਇਹ ਤਾਂ ਵੀਰ ਸੌਂਦੇ, ਇਹਨੂੰ ਪਰੇ ਛੱਡ ਨਾ। ਸਰੀਰ, ਇੱਕ ਮਹਾਤਮਾ ਕਹਿੰਦਾ ਸੀ, ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ, ਆਖੋ ਵਾਹਿਗੁਰੂ, ਹਰਿਮੰਦਰ ਸਾਹਿਬ ਬਹੁਤ ਸੰਗਤ ਹੁੰਦੀ ਮਾਘੀ ਵਾਲੇ ਦਿਨ, ਵਿਸਾਖੀ ਵਾਲੇ ਦਿਨ, ਅਤੇ ਉਹ ਕਹਿੰਦਾ, ਮੂੰਹ ਅੱਲਾ ਕੋ ਵੇਖਿਆ ਕਰੋ, ਅੱਖਾਂ ਨੀਵੀਆਂ ਕਰਕੇ ਹਰ ਇੱਕ ਦੇ ਚਰਨਾਂ ਦੇ ਦਰਸ਼ਨ ਕਰਿਆ ਕਰੋ। ਅਤੇ ਸੱਚੀ ਮੁੱਚੀ ਮੂੰਹ ਤੋਂ ਹੀ ਪੁਆੜੇ ਪੈਂਦੇ ਨੇ, ਆ ਬੰਤਾ ਸੌਂਦਾ, ਆ ਸੰਤਾ ਸੌਂਦਾ, ਪੈਰ 'ਤੇ ਪਛਾਣੇ ਹੀ ਨਹੀਂ ਜਾਂਦੇ, ਤਾਂ ਹੀ ਚਰਨ ਪੂਜਣ ਯੋਗ ਨੇ ਨਾ। ਆਖੋ ਵਾਹਿਗੁਰੂ, ਸਗਲ ਚੇਨ, ਸਗਲ ਅਰਥ ਅੱਖਾਂ, ਨੱਕ, ਕੰਨ, ਜੀਭ, ਹੱਥ, ਇਹ ਸਾਰਾ ਕੁਝ। ਸਗਲ ਚੇਨ ਛੱਡ ਪੂਜੀਏ, ਕੌਣ ਕਰਮ ਕਮਾਉਂਦੇ? ਨਹੀਂ ਪਤਾ ਲੱਗਾ ਸਾਰਿਆਂ ਅੱਖਾਂ ਨੂੰ ਕੋਈ ਮੱਥਾ ਟੇਕਦਾ? ਬੋਲੋ ਬੋਲੋ ਨਾ ਜੀ ਗੁਰੂ ਕਿਸੇ, ਕੋਈ ਕੰਨਾਂ 'ਤੇ ਮੱਥਾ ਟੇਕਦਾ? ਕੋਈ ਹੱਥਾਂ 'ਤੇ ਮੱਥਾ ਟੇਕਦਾ? ਕੋਈ ਨਾਸਾਂ 'ਤੇ ਮੱਥਾ ਟੇਕਦਾ? ਆਖੋ ਵਾਹਿਗੁਰੂ। ਕੋਈ ਜੀਭ ਨੂੰ ਮੱਥਾ ਟੇਕਦਾ? ਕਿੱਥੇ ਟੇਕਦਾ? ਫਿਰ ਚਰਨਾਂ ਵਿੱਚ ਕੋਈ ਕਰਾਮਾਤ ਹੈ? ਕਬੀਰ ਸੁਪਨੇ ਹੂੰ ਬਰੜਾਏ ਕੇ, ਜੇ ਮਿੱਖ ਨਿਕਸੇ ਰਾਮ, ਜੇ ਮੁੱਖ ਨਿਕਸੇ ਰਾਮ, ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਕਬੀਰ ਕਹਿੰਦਾ, ਮੇਰੇ ਤਨ ਦਾ ਚੰਮ, ਅਤੇ ਜਿਹੜਾ ਸੁਪਨੇ ਵਿੱਚ ਵੀ ਵਾਹਿਗੁਰੂ ਕਹਿੰਦਾ, ਉਹਦੇ ਪੈਰਾਂ ਦੀ ਜੁੱਤੀ ਬਣ ਜਾਏ ਮੇਰੀ ਚਮੜੀ ਦੀ। ਪੱਗਾਂ ਵਾਲੇ ਬਣੋ, ਇਸ ਘਰ 'ਚ ਬਹੁਤ ਕੁਝ ਆ। ਆਖੋ ਵਾਹਿਗੁਰੂ, ਕੀ ਕਿਹਾ ਮੈਂ? ਇਸ ਘਰ ਵਿੱਚ ਇਹਨੂੰ ਛੱਡ ਕੇ ਕਿਤੇ ਨਾ ਜਾਇਓ, ਇਹਨੂੰ ਛੱਡ ਕੇ ਮੇਰੀ ਧੀ ਇੱਕ ਫੈਸਲਾ ਕਰੋ, ਮੇਰਾ ਵੀਰ ਇੱਕ ਫੈਸਲਾ ਕਰੋ। ਅਤੇ ਸੱਚਮੁੱਚੀ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਰਾਧਾ ਸੁਆਮੀ ਆ। ਆਖੋ ਵਾਹਿਗੁਰੂ, ਈਸਾਈਆਂ ਨੂੰ ਜਾਣਦਾ, ਜਿਹੜਾ ਇੱਕ ਆਇਆ ਨਾ ਅੱਜ, ਪਤਾ ਨਹੀਂ ਉਹਦੇ ਅੰਦਰ ਕੀ ਘੋਲ ਕੇ ਪਾਉਂਦੇ। ਉਹ ਅਗਲੇ ਦਿਨ ਦਸਾਂ ਨੂੰ ਕਹਿੰਦਾ, ਇੱਕ ਵਾਰ ਆਣ ਕੇ ਅਤੇ ਵੇਖੋ ਬਿਆਸ। ਉਹ ਕਹਿੰਦੇ, ਸਾਡੇ ਕੋਲ ਕਿਰਾਇਆ ਨਹੀਂ, ਇਤਰਾਂ ਬੈਠੋ, ਸਾਡੇ ਕੋਲ। ਕਹਿੰਦੇ, ਕਿਰਾਇਆ ਮੈਂ ਦੇਣਾ, ਮੈਂ ਕਿਰਾਇਆ ਦੇਣਾ, ਇੱਕ ਵਾਰ ਸਾਡੇ ਗੁਰੂ ਕੋਲ ਤੇ ਆਓ। ਸਿੱਖਾ, ਤੂੰ ਕਦੀ ਕਿਸੇ ਨੂੰ ਆਖਿਆ ਇੱਕ ਵਾਰ ਗੁਰਦੁਆਰੇ ਚੱਲ ਮੇਰੇ ਨਾਲ? ਆਪਣੇ ਅੰਦਰ ਪੁੱਛ, ਤੇਰੇ ਅੰਦਰ ਚਾਹ ਇਹ ਚੜ੍ਹਿਆ ਵੀ ਮੇਰੇ ਗੁਰੂ ਨਾਨਕ ਦੇ ਘਰ 'ਚ ਰੌਣਕਾਂ ਹੋਣ? ਚਾਹ ਚੜ੍ਹਿਆ ਕਦੀ? ਦੱਸ ਨਾ ਬੋਲ।
ਜੇ ਤੈਨੂੰ ਚਾਅ ਚੜਿਆ ਹੋਵੇ ਮੇਰੀ ਧੀ ਨੂੰ, ਮੇਰੇ ਵੀਰ ਨੂੰ, ਤਾਂ ਤੂੰ ਕਦੀ ਕਿਸੇ ਗੁਆਂਢਣ ਨੂੰ ਆਖ ਭੈਣ ਜੀ ਚਲੋ ਗੁਰਦੁਆਰੇ ਚੱਲੀਏ। ਮੇਰੇ ਵਹਿੰਦਿਆਂ ਵਹਿੰਦਿਆਂ ਇਸ ਦਰਬਾਰ ਦੇ ਵਿੱਚੋਂ ਪੰਜਵਾਂ ਛੇਵਾਂ ਹਿੱਸਾ ਸੰਗਤ ਘਟ ਗਈ, ਮੈਨੂੰ ਨਹੀਂ ਪਤਾ ਕਿੱਥੇ ਗਈ, ਕਿਉਂਕਿ ਤੁਸੀਂ ਅਵੇਸਲੇ ਹੋ ਗਏ ਹੋ। ਜਿਹੜਾ ਬੰਦਾ ਬੇਹੋਸ਼ ਹੋ ਜਾਏ ਨਾ, ਉਹਦੇ ਘਰੋਂ ਲੋਕ ਚੀਜ਼ਾਂ ਚੁੱਕ ਕੇ ਲੈ ਜਾਂਦੇ। ਸਭ ਤੋਂ ਵੱਡੀ ਇੱਥੇ ਚੀਜ਼ ਸੀ ਸਤਸੰਗਤ, ਕਿੱਥੇ ਗਏ ਲੋਕ, ਕਿੱਧਰ ਗਏ? ਕੈਲਗਰੀ ਦੇ ਵਿੱਚੋਂ ਉੱਡ ਤੇ ਗਏ ਨਹੀਂ, ਇੱਥੋਂ ਪਤਾ ਲੱਗਾ ਵੱਖਰੀਆਂ ਵੱਖਰੀਆਂ ਜਗ੍ਹਾ 'ਤੇ ਜਾਣ ਲੱਗ ਪਏ ਲੋਕ। ਇਹੋ ਹੀ ਆ ਜੀ, ਅੱਖ ਵਾਹਿਗੁਰੂ, ਕੋਈ ਕਿਸੇ ਕੋਲ ਜਾਣ ਲੱਗ ਪਿਆ, ਕੋਈ ਕਿਸੇ ਕੋਲ ਜਾਣ ਲੱਗਿਆ। ਤੁਹਾਨੂੰ ਅਤੇ ਇਹਨਾਂ ਲੋਕਾਂ ਨੂੰ ਉਹ ਸ਼ਬਦ ਭੁੱਲ ਗਿਆ, ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਬੋਲੋ ਹਾਂ ਭਲਾ, ਹਰ ਇੱਕੋ ਦਾਤਾ, ਹਰ ਇੱਕੋ ਦਾਤਾ, ਹਰ ਹਰ ਇੱਕੋ ਦਾਤਾ, ਹਰ ਇੱਕੋ ਦਾਤਾ, ਹਰ ਸਭ ਜੱਗ ਫਿਰ ਮੈਂ ਦੇਖਿਆ, ਸਭ ਜੱਗ ਫਿਰ ਮੈਂ ਦੇਖਿਆ, ਸਭ ਜੱਗ ਸੱਚ ਦਤਾਰ ਵਸਾਰ ਕੇ ਮੰਗਤਿਆਂ ਦੇ ਘਰ ਮੰਗਣ ਜਾਈ। ਕੀ ਆਖਿਆ ਜੀ? ਮੰਗਤਿਆਂ ਦੇ, ਜਿੰਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਬੇ ਬੈਠੇ ਨੇ ਬਣ ਕੇ, ਸਭ ਮੰਗਤੇ ਨੇ। ਅਤੇ ਇਹਦੀ ਕਰਤੂਤ ਵੇਖ ਲਓ ਸਿੱਖ ਦੀ, ਇਹ ਸੱਚੇ ਦਤਾਰ ਦਾ ਘਰ ਛੱਡ ਕੇ ਮੰਗਤਿਆਂ ਦੇ ਘਰ ਮੰਗਦਾ ਫਿਰਦਾ ਵਾ। ਉਹ ਲੋਕੋ ਆਪਣੇ ਗੁਰੂ ਦਾ ਸਿੱਖ, ਗੁਰੂ ਦੀ, ਗੁਰੂ ਘਰ ਦੀ ਪ੍ਰਚਾਰ ਪ੍ਰਣਾਲੀ ਨਾਲ ਜੁੜੋ, ਕਿਸੇ ਨੂੰ ਟੁੱਟੇ ਨੂੰ ਗੁਰਦੁਆਰੇ ਲਿਆਇਆ ਕਰੋ। ਗੁਰੂ ਨਾਨਕ ਸਾਹਿਬ ਬੜੀਆਂ ਝੋਲੀਆਂ ਭਰਦੇ ਨੇ, ਜਨ ਨਾਨਕ ਧੂਰ ਮੰਗੇ, ਕਿਹੜੇ ਦੀ? ਜਿਹੜਾ ਆਪ ਗੁਰਦੁਆਰੇ ਆਣ ਕੇ ਵਾਹਿਗੁਰੂ ਕਵੇ, ਬਾਣੀ ਪੜ੍ਹੇ ਅਤੇ ਹੋਰਨਾਂ ਨੂੰ ਪ੍ਰੇਰ ਕੇ ਲਿਆ ਕੇ ਪੜ੍ਹਾਵੇ, ਜੋ ਆਪ ਜਪੇ। ਹੱਥ ਜੋੜੇ ਆ ਨੌਜਵਾਨ ਬੱਚੇ ਹੋ ਤੁਸੀਂ, ਤਾਂ ਨਵੀਂ ਪੀੜ੍ਹੀ ਜੇ, ਸੱਚਮੁੱਚ ਹੀ ਲੋਕਾਂ ਨੂੰ ਦੱਸਿਆ ਕਰੋ ਗੁਰਦੁਆਰੇ ਆਓ। ਘੋਗਲ ਹੋ ਗਏ ਲੋਕ, ਉਨੇ ਬੰਦੇ ਗੁਰਦੁਆਰੇ ਨਹੀਂ ਆਉਂਦੇ ਜਿੰਨੇ ਖੁੱਲੀਆਂ ਦਾੜੀਆਂ ਤੁਹਾਡੇ ਵਰਗੇ ਪਾਰਕਾਂ 'ਚ ਬੈਠੇ, ਠਾਹ ਪੱਤੇ 'ਤੇ ਪੱਤਾ, ਠਾਹ ਪੱਤੇ 'ਤੇ ਪੱਤਾ। ਜੇ ਕਿਤੇ ਉਹ ਸਾਰੇ ਇੱਥੇ ਗੁਰਦੁਆਰੇ ਬੈਠੇ ਹੋਣ ਤਾਂ ਮੇਰੇ ਗੁਰੂ ਦੀ ਕਿੰਨੀ ਸ਼ੋਭਾ ਹੋਵੇ। ਪਤਾ ਲੱਗ ਗਿਆ ਜੀ? ਕੁੜਿਆਰ ਕੁੜਿਆਰੀ ਜਾਏ ਰਲੇ, ਬੋਲੋ ਹਾਂ, ਇਹਦਾ ਅਰਥ ਕੀ ਬਣਿਆ? ਝੂਠੇ ਜਾ ਕੇ ਰਲ ਗਏ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸਚਿਆਰ, ਪਤਾ ਲੱਗਾ? ਜਿਹੜੇ ਸਚਿਆਰ ਸਿੱਖ ਨੇ ਸੱਚੇ ਦੇ ਕੋਲ ਆਣ ਕੇ ਬੈਠਦੇ, ਅਤੇ ਜਿਹੜੇ ਥਾਹ ਪੱਤਾ, ਥਾਹ ਪੱਤਾ, ਉਦਣ ਸੈਰ ਕਰਦੇ ਹੋ ਕੜੀ ਮੁੜੀ ਆਖੇ ਬੇਗੀ ਨਹੀਂ ਆਈ, ਬੇਗੀ ਨਹੀਂ ਆਈ। ਮੈਂ ਕਿਹਾ ਆਊਗੀ ਬਾਪੂ, ਬੇਗਾ ਆਊਗਾ। ਬੇਗੀ ਲੱਭਦਿਆਂ ਲੱਭਦਿਆਂ ਮਲਕ ਦੇ ਕੰਨੀ ਸੁਣੀ ਦਾ, ਬੋਲੋ, ਮਲਕ ਬਣੇ ਮੌਤ ਦਾ ਦੇਵਤਾ, ਬੇਗੀ ਨਹੀਂ ਆਊਗੀ। ਮੂੰਹ ਦਿਖਾਲੇ ਆਏ, ਜਿਹਨੂੰ ਅੱਜ ਤੱਕ ਕੰਨਾਂ ਨਾਲ ਸੁਣਿਆ ਹੀ ਨਾ ਵੀ ਜਮ ਹੁੰਦੇ ਨੇ, ਆ ਜਾਣਾ ਉਹਨੇ ਬੇਗੀ ਲੱਭਦਾ ਫਿਰਦਾ, ਬੇਗੇ ਨੇ ਆ ਜਾਣਾ, ਸਿਰਾਣੇ ਬਹਿ ਜਾਣਾ ਆਣ ਕੇ। ਆਖ ਵਾਹਿਗੁਰੂ, ਮਲਕ ਜੇ ਕੰਨੀ, ਇੱਕ ਵਾਰ ਬੋਲੋ ਸਮਾਪਤੀ ਕਰਕੇ ਸ਼ਬਦ ਦੀ ਕਥਾ ਕਰਾਂ, ਮਲਕ ਜੇ ਕੰਨੀ, ਮਲਕ ਬਣੇ ਮੌਤ ਦਾ ਅਤੇ ਫਰਿਸ਼ਤਾ ਦੇਵਤਾ, ਜਿਹੜਾ ਮੌਤ ਦਾ ਆਉਂਦਾ ਉਹਨੂੰ ਮਲਕ ਕਹਿੰਦੇ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਪੰਨ। ਜਿੱਦਣ ਉਹ ਆ ਗਿਆ
ਅਤੇ ਤੂੰ ਅਜੇ ਤੱਕ ਸੁਣਿਆ ਹੈ ਮਲਕ ਜੇ ਕੰਨੀ ਸੁਣਿਆ ਹੈ ਵੀ ਦੇਵਤਾ ਕੁੰਦਾ ਇੱਕ ਦਿਨ ਐਸਾ ਆਉਣਾ ਸੱਜਣਾ ਉਹਨਾਂ ਸੋਫੇ 'ਤੇ ਆਣ ਕੇ ਬੈਠੇ ਹੋਣਾ ਹਾਜ਼ਰ ਰਹੋ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਪਾਹੂ ਘਰ ਆਏ ਬੋਲੋ ਪਾਹੂ ਮਣੇ ਪ੍ਰਾਹੁਣੇ ਆਏ ਨੇ ਅਤੇ ਜਾ ਕੇ ਆਖਿਆ ਇੱਧਰ ਵੇਖੋ ਕਿੱਧਰ ਚਲੇ ਗਏ ਜਾ ਕੇ ਆਖਿਆ ਪ੍ਰਾਹੁਣੇ ਆਏ ਅਤੇ ਉਹਨੇ ਕੱਪੜੇ ਟੰਗਦੀ ਨੇ ਆਖਿਆ ਕੋਈ ਗੱਲ ਨਹੀਂ ਸੋਫੇ 'ਤੇ ਬਾਲੋ ਚਾਹ ਪਾਣੀ ਪਿਆਓ ਉਹਨੇ ਜਵਾਬ ਦਿੱਤਾ ਇਹ ਚਾਹ ਪਾਣੀ ਪੀਣ ਵਾਲੇ ਨਹੀਂ ਗਏ ਇਹ ਕਿੱਧਰ ਆਏ ਨੇ ਫਿਰ ਕਹਿੰਦੇ ਮਕਲਾਊ ਆਏ ਸਿੱਖਾ ਬੋਲ ਖੁੱਲ੍ਹ ਕੇ ਬਾਣੀ ਬੜੀ ਪਿਆਰੀ ਪਾਹੂ ਘਰ ਆਏ ਮਕਲਾਊ ਆਏ ਪ੍ਰਾਹੁਣੇ ਆਏ ਨੇ ਅਤੇ ਇਹ ਚਾਹ ਪਾਣੀ ਪੀਣ ਨਹੀਂ ਆਏ ਇਹ ਮਕਲਾਵਾ ਲੈਣ ਆਏ ਨੇ ਅਤੇ ਉਹਨੇ ਆਖਿਆ ਕਿਸੇ ਕੁੜੀ ਚਿੜੀ ਦਾ ਖੜਨਗੇ ਕਹਿੰਦੇ ਨਹੀਂ ਬੁਰੜੀਆਂ ਦਾ ਖੜਦੇ ਨੇ ਤਾਸ਼ ਖੇਡਣ ਵਾਲਿਆ ਇੱਕ ਦਿਨ ਆਉਣੇ ਨੇ ਪ੍ਰਾਹੁਣੇ ਆਉਣੇ ਨੇ ਘਰ ਅਤੇ ਉਹਨਾਂ ਹੋਰ ਕੁਛ ਨਹੀਂ ਤੁਹਾਡਾ ਚੁੱਕ ਕੇ ਖੜਨਾ ਤੇਰਾ ਮਕਲਾਵਾ ਖੜਨਾ ਹੈ ਪਾਹੂ ਘਰ ਆਏ ਮਕਲਾਊ ਆਏ ਮਕਲਾਵਾ ਲੈਣ ਆਉਣਿਆਂ ਨੇ ਆਉਣਾ ਹੈ ਕੁੰਡਾ ਖੜਕਾ ਦੇਣਾ ਹੈ ਇਹ ਵੱਖਰੀ ਗੱਲ ਆ ਵੀ ਬੱਚਾ ਵੀ ਲੈ ਜਾਂਦੇ ਬੁੱਢਾ ਵੀ ਲੈ ਜਾਂਦੇ ਮਗਰ ਬਹੁਤੀ ਵਾਰੀ ਤਾਂ ਕਿਹਨਾਂ ਦੀ ਹੈ ਆਹ ਕਰੋਨਾ ਸੀ ਅਤੇ ਲੋਕ ਕੀ ਕਹਿੰਦੇ ਸੀ ਇਹ ਬਿਮਾਰੀ ਜਿਹੜੀ ਕਿਹਨਾਂ 'ਤੇ ਬਹੁਤਾ ਅਫੈਕਟ ਕਰਦੀ ਬੁਰੜਾਂ 'ਤੇ ਬਜ਼ੁਰਗਾਂ 'ਤੇ ਇਸ ਤਰ੍ਹਾਂ ਹੀ ਮੌਤ ਲੈਣ ਆਉਂਦੀ ਆ ਗੁਰੂ ਕੇ ਸਿੱਖੋ ਜਿਹੜਾ ਸੁਣਿਆ ਹੈ ਕੰਨਾਂ ਨਾਲ ਇੱਕ ਦਿਨ ਉਹ ਮੂੰਹ ਵਿਖਾਉਂਦਾ ਆਣ ਕੇ ਤਗੜੇ ਹੋ ਖੁਸ਼ੀ ਨਾਲ ਬਾਣੀ ਪੜ੍ਹੋ ਆਖੋ ਵਾਹਿਗੁਰੂ ਬੱਧਰ ਚਿੱਟੇ ਨਾ ਪਰ ਉਹ ਥੋੜ੍ਹੀ ਪੜ੍ਹ ਲਓ ਕੋਈ ਜ਼ਰੂਰੀ ਨਹੀਂ ਪੰਜ ਬਾਣੀਆਂ 'ਤੇ ਪੜ੍ਹਨੀਆਂ ਨੇ ਜਿਹੜਾ ਤੁਸੀਂ ਕਹਿੰਦੇ ਮੈਂ ਸੁਖਮਨੀ ਸਾਹਿਬ ਵੀ ਪੜ੍ਹਨਾ ਹੈ ਚਾਰ ਪਦੇ ਇੱਕ ਦਿਨ ਪੜ੍ਹੇ ਜਾ ਸਕਦੇ ਚਾਰ ਅਗਲੇ ਦਿਨ ਪੜ੍ਹੇ ਜਾ ਸਕਦੇ ਛੇ ਦਿਨ 'ਚ ਭੋਗ ਪੈ ਜੇ ਮਗਰ ਉਹਦੇ ਦਰਸ਼ਨ ਕਰੋ ਗੁਰਬਾਣੀ ਦੇ ਗੁਰਬਾਣੀ ਗੁਰੂ ਆ ਗੁਰਬਾਣੀ ਦੀਆਂ ਗਿਣਤੀਆਂ ਮਣਤੀਆਂ ਨਾ ਕਰੋ ਗਿਣਤੀਆਂ ਮਣਤੀਆਂ ਪਰਾਇਆ ਨਾ ਕਰੀਦੀਆਂ ਆਪਣਿਆਂ ਨਾਲ ਨਹੀਂ ਕਰੀਦੀਆਂ ਆਖੋ ਵਾਹਿਗੁਰੂ ਕਿੰਨਾ ਨਾ ਕਰੀਦੀ ਪਰਾਇਆ ਇਹ ਤੁਹਾਡਾ ਪਰਾਇਆ ਨਹੀਂ ਗਾ ਇਹ ਤੁਹਾਡਾ ਆਪਣਾ ਹੀ ਮੇਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਦੇ ਨਾਲ ਗਿਣਤੀਆਂ ਮਣਤੀਆਂ ਨਹੀਂ ਚਾਰ ਪਦੇ ਪੜ੍ਹ ਲਓ ਉਹਨਾਂ ਨੂੰ ਵਿਚਾਰੋ ਉਹਨਾਂ 'ਚ ਧਿਆਨ ਦਿਓ ਗੁਰਬਾਣੀ ਕੀ ਕਹਿੰਦੀ ਸਤਿਗੁਰੂ ਕਿਰਪਾ ਕਰੇ ਅੱਜ ਵਾਲਾ ਬਚਨ ਜਿਹੜਾ ਨਵੇਂ ਪਾਤਸ਼ਾਹ ਦਾ ਤੁਹਾਡੇ ਨਾਲ ਸਾਂਝ ਪਾਈ ਹੈ ਇੱਕ ਮਿੰਟ ਲਾ ਲਓ ਵਾਹਿਗੁਰੂ 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 ਖੁੱਲ੍ਹ ਕੇ ਤਗੜੇ ਹੋ ਤਗੜੇ ਹੋ ਤਗੜੇ ਨਦੀ ਨਾਲ ਸੁਜੋਗੀ ਮੇਲੇ ਵਾਹਿਗੁਰੂ 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 ਗੁਰੂ ਬੋਲਾ ਪੂਰਾ ਬੋਲੋ ਗੁਰੂ ਪੂਰਾ ਭਾਰ ਪਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋ ਲਾਈਨਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀਆਂ ਨਾਵੇਂ ਪਾਤਸ਼ਾਹ ਦੀਆਂ ਕਰਨ ਕਾਦਰ ਪਿਤਾ ਜੀ ਦੇ ਵਿਰਾਗਮਈ ਬਚਨ ਸੁਣਨੇ ਰਾਤੀ ਸੁਣਿਆ ਸੀ ਘੱਟ ਘੱਟ ਮੈਂ ਹਰਜੂ ਬੱਸੇ ਕਿੰਨੇ ਕਿਹਾ ਜੀ ਸੰਤਨ ਕਹਿਓ ਪਕਾਰ ਅੱਜ ਵਾਲੇ ਬਚਨ ਵਿੱਚ ਕਹਿੰਦੇ ਇੱਕ ਐਸਾ ਇਨਸਾਨ ਜਿਹਨੂੰ ਦੁੱਖ ਸੁੱਖ ਜੈ ਪਰਸੇ ਨਹੀਂ ਉੱਤੇ ਆ ਗਿਆ ਦੁੱਖ ਜਿਹੇ
ਜਿਹੇ ਜਿਸ ਬੰਦੇ ਨੂੰ ਦੁੱਖ ਅਤੇ ਸੁੱਖ ਨਾ ਪਰਸਦੇ ਹੋਣ, ਦੁੱਖ ਵੀ ਉਹੋ ਜਿਹਾ ਹੋਵੇ ਸੁੱਖ ਵੀ, ਮਗਰ ਅਜੇ ਆਪਾਂ ਨੂੰ ਜਬ ਕਿ ਛਪਾਵੈ ਤਬ ਗਰਭ ਕਰਤ ਹੈ, ਸੁੱਖ ਹੋਇਆ ਨਾ ਹੰਕਾਰ ਹੋ ਗਿਆ, ਮਾਇਆ ਗਈ ਤਬ ਰੋਵਣ ਲਗਤ ਹੈ, ਜਾਂਦੀ ਨੂੰ ਰੋਂਦਾ ਹੈ, ਆਵਤ ਕੋ ਹਰਖ ਬੋਲੋ ਜਾਵਤ ਕੋ ਸੋਗਾ, ਇਹ ਦੁੱਖ ਸੁੱਖ ਨਾਲੇ ਲੱਗ ਗਏ ਹੋ। ਪੜ੍ਹ ਰਿਹਾ ਰਣਵੀਰ ਸਿੰਘ ਕੀ ਕਿਹਾ ਮੈਂ ਪਹਿਲਾਂ ਆਉਂਦੀ ਦੀ ਮੈਂ ਗੱਲ ਕੀਤੀ, ਆਵਤ ਕੋ ਹਰਖ, ਜਦੋਂ ਘਰ 'ਚ ਬੱਚਾ ਆਇਆ ਖੁਸ਼ੀ, ਜਨਮੇ ਕੋ ਵਾਜੇ ਵਧਾਏ, ਇਤਨਾ ਲਿਖਿਆ ਜੇ ਗੁਰਬਾਣੀ ਸਾਰੀ ਪੜ੍ਹਿਆ ਕਰੋ, ਅੱਖ ਵਾਹਿਗੁਰੂ, ਜਨਮੇ ਕੋ ਜਦੋਂ ਬੱਚਾ ਜੰਮਿਆ ਵਾਜੇ ਵਜਾਏ, ਪੁੱਤਰ ਆਇਆ ਵਧਾਈਆਂ ਹੋਣ ਵਧਾਈਆਂ ਹੋਣ, ਸੋਹਲੜੇ ਅਗਿਆਨੀ ਗਾਏ, ਸੋਹਲੜੇ ਮਨੇ ਗੀਤ, ਅਗਿਆਨੀ ਲੋਕਾਂ ਨੇ ਬੜੇ ਬੜੇ ਗੀਤ ਗਾਏ ਵੀ ਸਾਡੇ ਘਰ ਪੁੱਤਰ ਆਇਆ, ਮਗਰ ਮੇਰਾ ਸਾਹਿਬ ਕਹਿੰਦਾ ਜੋ ਜਨਮੇ ਸੋ ਸਰ ਪਰ ਮਰਨਾ, ਬੋਲੋ ਜਿਹੜਾ ਅੱਜ ਵਿਚਾਰਾ ਆਇਆ ਇਹਨੇ ਕਿਸੇ ਦਿਨ ਜਾਣਾ ਵੀ ਆ, ਆਏ ਜਾਏ ਦੁੱਖ ਤਾਹਾ ਹੈ, ਉਹਨੂੰ ਤਾਂ ਵਿਚਾਰੇ ਨੂੰ ਆਉਣ ਜਾਣ ਦਾ ਦੁੱਖ ਲੱਗਾ ਹੈ, ਅਤੇ ਇਹ ਉਹਦੇ ਆਉਣ ਦੇ ਉੱਤੇ ਧਿਆਨ ਨਾ ਪੜੋ, ਬੜਾ ਕੁਛ ਮਿਲੂ, ਪਕੜ ਰਿਹਾ ਪੁੱਤ, ਧਿਆਨ ਨਾਲ ਪੜੋ, ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਪੜੋ, ਸੱਚਮੁੱਚ ਜਿਉਂਦੇ ਰੱਬ ਹੋ ਜਾਓਗੇ। ਧਿਆਨ ਨਾਲ ਸੁਣਾਈ ਬਾਬਾ ਦੀਪ ਸਿੰਘ ਨੂੰ ਅਤੇ ਭਾਈ ਮਨੀ ਸਿੰਘ ਨੂੰ ਬਾਣੀ, ਕਿੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਧਿਆਨ ਨਾਲ ਪੜ੍ਹ ਕੇ ਉਹਨਾਂ ਧਿਆਨ ਨਾਲ ਸੁਣੀ, ਅਤੇ ਦੇਹ ਸਮੇਤ ਹੀ ਅਭੇਦ ਹੋ ਗਏ, ਦੇਹ ਤੋਂ ਰਹਿਤ ਹੋ ਗਏ, ਦੇਹ 'ਚੋਂ ਤਾਂ ਉੱਠ ਖਲੋਤੀ ਸੁਰਤ। ਮੇਰੀ ਹੱਥ ਜੋੜ ਕੇ ਬੇਨਤੀ ਲੋਕਾਂ ਦੇ ਕਹਿਣ 'ਤੇ, ਰੱਟ ਨਾ ਲਾਓ, ਬਾਣੀ ਨੂੰ ਪਿਆਰ ਨਾਲ ਪੜ੍ਹੋ, ਬਾਣੀ ਤੁਹਾਡਾ ਗੁਰੂ ਹੈ, ਅੱਖ ਵਾਹਿਗੁਰੂ, ਬਾਣੀ ਸਾਡਾ ਸਾਰਿਆਂ ਦਾ ਗੁਰੂ ਸਾਹਿਬਾਨ ਆ, ਅਤੇ ਗੁਰੂ ਨਾਲ ਰਟਾਂ ਨਹੀਂ ਲਾਈਦੀਆਂ, ਗੁਰੂ ਨੂੰ ਇੱਕੋ ਹੀ ਬਚਨ ਪਿਆਰ ਨਾਲ ਪੜ੍ਹ ਲਓ, ਪਿਆਰ ਨਾਲ ਸੁਣ ਲਓ, ਗੁਰੂ ਦਾ ਮਤ ਵਿੱਚ ਰਤਨ ਜੇ ਕਿੰਨੇ ਕੁ, ਇੱਕ ਗੁਰ ਕੀ ਇੱਕ ਹੀ ਸਿੱਖ ਸੁਣ ਲਓ, ਅਤੇ ਮੇਰਾ ਸਾਹਿਬ ਕਹਿੰਦਾ ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ, ਇਹ ਚੀਜ਼ਾਂ ਉਹਨੂੰ ਲੱਗਣ ਵੀ ਨਾ, ਸੁੱਖ ਵੀ ਦੁੱਖ ਵੀ ਲੋਭ ਵੀ ਮੋਹ ਵੀ ਅਤੇ ਅਭਿਮਾਨ ਵੀ, ਇਹ ਸਰੀਰ ਦੇ ਵਿੱਚੋਂ ਬੰਨੇ ਹੋ ਜੇ ਫਿਰ ਕੀ ਬਣ ਜਾਂਦਾ, ਕਹੋ ਨਾਨਕ ਸੁਣ ਰੇ ਮਨਾ, ਉਹ ਬੰਦਾ ਜਿਹਨੂੰ ਇਹ ਹੋ ਗਿਆ, ਸੋ ਮੂਰਤ ਭਗਵਾਨ, ਫਿਰ ਰੱਬ ਹੋਰ ਨਾ ਕੋਈ ਲੱਭੇ। ਸਾਈਂ ਦਾਸ ਨੇ ਅੰਮ੍ਰਿਤ ਛਕ ਲਿਆ, ਅੱਖ ਵਾਹਿਗੁਰੂ, ਸਾਈਂ ਦਾਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਅੰਮ੍ਰਿਤ ਛਕ ਲਿਆ, ਸਰੀਰ ਵਿੱਚ ਸੀ ਸਤਿਗੁਰੂ, ਉਦੋਂ ਯੋਗੀ ਸੀ ਕੰਨ ਪਾਟਾ, ਅੱਖ ਵਾਹਿਗੁਰੂ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਆਪਣੀ ਗੋਦ ਵਿੱਚ ਬਹਿ ਕੇ ਅਤੇ ਉਹਦੀਆਂ ਜਟਾਵਾਂ ਖੋਲ੍ਹੀਆਂ, ਜਿਕੂ ਮਾਂ ਬੱਚੇ ਦੀਆਂ ਜਟਾਵਾਂ ਖੋਲ੍ਹਦੀ। ਮਹਾਰਾਜ ਬੋੜ ਦੇ ਪੱਤਿਆਂ ਦਾ ਦੁੱਧ ਲਾ ਲਾ ਕੇ ਜਟਾਵਾਂ ਬਹੁਤ ਹੋ ਗਈਆਂ, ਅੰਮ੍ਰਿਤ 'ਤੇ ਛਕਣਾ ਚਾਹੁੰਦਾ। ਇੱਕ ਬਾਬਾ ਬੰਦਾ ਸਿੰਘ ਦੀਆਂ ਜਟਾਵਾਂ ਖੋਲ੍ਹੀਆਂ ਗੁਰੂ ਸਾਹਿਬ ਨੇ, ਅਤੇ ਇੱਕ ਇਹ ਸੰਤੋਖ ਸਿੰਘ ਸਾਈਂ ਦਾਸ ਦੀਆਂ ਖੋਲ੍ਹੀਆਂ, ਅਤੇ ਜਟਾਵਾਂ ਖੋਲ੍ਹ ਕੇ ਸੋਹਣਾ ਜੂੜਾ ਕਰਕੇ ਅਤੇ ਵਿੱਚ ਕੰਘਾ ਰੱਖ ਕੇ ਸਤਿਗੁਰੂ ਨੇ ਕਿਹਾ, ਸਾਈਂ ਦਾਸ ਤੂੰ ਵੀ ਛਕ ਸਕਦਾ ਅੰਮ੍ਰਿਤ, ਜੋਗੀ ਨੂੰ ਕਿਹਾ। ਜਦੋਂ ਉਹਨੇ ਅੰਮ੍ਰਿਤ ਛਕਲੇ, ਸੁਣ ਰਹੇ ਹੋ ਧਿਆਨ ਨਾ, ਚੌਂਕੜਾ ਮਾਰੋ, ਸੱਚੇ ਤੋਂ ਕਿ ਸੁਣੋ, ਦੋ ਚਾਰ ਘੜੀਆਂ ਨੇ, ਅੱਖ ਵਾਹਿਗੁਰੂ, ਅੰਮ੍ਰਿਤ ਛਕ ਲਿਆ, ਬਣ ਗਿਆ ਸੰਤੋਖ ਸਿੰਘ, ਸਾਈਂ ਦਾਸ ਤੋਂ ਸੰਤੋਖ ਸਿੰਘ ਬਣ ਗਿਆ। ਜਦੋਂ ਸੰਤੋਖ ਸਿੰਘ ਬਣ ਕੇ ਅਤੇ ਸਾਹਿਬ ਦੇ ਕੋਲੋਂ ਅੰਮ੍ਰਿਤ ਛਕਦਾ ਸੀ, ਅਤੇ ਸਾਹਿਬ ਦੇ
ਨੇਤਰਾਂ ਵਿੱਚੋਂ ਅਤੇ ਤੇਰੇ ਚਿਹਰੇ ਦੇ ਵਿੱਚੋਂ ਇੰਨੀਆਂ ਝਲਕਾਂ ਵੱਜੀਆਂ ਵੀ ਸਾਈਂ ਦਾਸ ਗੁਰੂ ਸਾਹਿਬ ਦਾ ਆਸ਼ਕ ਹੋ ਗਿਆ, ਆਸ਼ਕ ਹੋ ਗਿਆ। ਕਹਿੰਦਾ ਮਹਾਰਾਜ ਤੁਧ ਬਿਨ ਨਿਮਖ ਨਾ ਜੀਵਣਾ, ਤੇਰੇ ਤੋਂ ਬਿਨਾਂ ਹੁਣ ਇੱਕ ਛਿਨ ਵੀ ਨਹੀਂ ਨਿਕਲਦਾ। ਜਾ ਸਾਈਂ ਦਾਸ ਆਪਣੇ ਆਸਣ 'ਤੇ ਚਲਿਆ ਜਾ ਤੂੰ, ਆਖੋ ਵਾਹਿਗੁਰੂ। ਅੱਗੇ ਜੋਗ ਮੱਤ ਸੀ, ਹੁਣ ਗੁਰਮੱਤ ਆ, ਦੋ ਗੁਣਤਾ ਨੇ। ਅੱਗੇ ਕੀ ਸੀ? ਹੁਣ ਅਤੇ ਗੁਰਮਤਿ ਦ੍ਰਿੜ ਕਰੀ, ਪੰਜ ਬਾਣੀਆਂ ਪੜ੍ਹਿਆ ਕਰੀ, ਸਵੇਰੇ ਉੱਠ ਕੇ ਇਸ਼ਨਾਨ ਕਰਿਆ ਕਰੀ। ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਡੇ ਤੋਂ ਬਿਨਾਂ ਇੱਕ ਛਿਨ ਵੀ ਨਹੀਂ ਰਹਿ ਸਕਦਾ, ਆਖੋ ਵਾਹਿਗੁਰੂ। ਸਾਈਂ ਦਾ ਸੰਤੋਖ ਸਿਆ, ਹੁਣ ਜਦੋਂ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਨਾ, ਪੰਜ ਸਿੰਘਾਂ ਦੇ ਕਰ ਲਈ ਮੇਰੇ ਦਰਸ਼ਨ ਹੋ ਜਾਣਗੇ, ਆਖੋ ਵਾਹਿਗੁਰੂ। ਮਹਾਰਾਜ ਜੰਗਲ ਵਿੱਚ ਚਾਰ ਪੰਜ ਨਾ ਮਿਲੇ, ਕਹਿੰਦੇ ਚੌਵਾਂ ਦੇ ਕਰ ਲਈ, ਜੇ ਚਾਰ ਨਾ ਮਿਲੇ ਤਿੰਨਾਂ ਦੇ ਕਰ ਲਈ, ਤਿੰਨ ਨਾ ਮਿਲੇ ਦੋਵਾਂ ਦੇ ਕਰ ਲਈ, ਦੋ ਨਾ ਮਿਲੇ ਤਾਂ ਇੱਕ ਦੇ ਕਰ ਲਈ। ਸਾਈਂ ਦਾਸ ਨੇ ਚੀਕ ਮਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਿਆ, ਸਾਹਿਬਾ ਮੈਂ ਨਹੀਂ ਰਹਿ ਸਕਦਾ ਤੁਹਾਡੇ ਤੋਂ ਬਿਨਾਂ, ਜੇ ਮੈਨੂੰ ਇੱਕ ਵੀ ਸਿੱਖ ਨਾ ਮਿਲਿਆ ਮੈਂ ਕਰੂੰ ਕੀ? ਕਹਿੰਦੇ ਦਾੜੇ ਵਿੱਚ ਕੰਘਾ ਫੇਰੀ, ਦਮਾਲਾ ਸਜਾਈ, ਕੇਸ ਸੁਣ ਵਾਰੀ ਅਤੇ ਸ਼ੀਸ਼ੇ ਵਿੱਚ ਵੇਖੀ, ਤੇਰੇ ਹੀ ਸਰੀਰ ਦੇ ਵਿੱਚੋਂ ਮੇਰੇ ਦੀਦਾਰ ਹੋਣਗੇ। ਉਹ ਤੁਸੀਂ ਹੋ, ਤੁਸੀਂ ਕਿਉਂ ਨਹੀਂ ਵੇਖਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿਹਰਾ? ਜਦੋਂ ਕਿਹਾ ਖਾਲਸਾ ਮੇਰੋ, ਭਰੋਸਾ ਕਿਉਂ ਨਹੀਂ ਆ ਰਿਹਾ? ਖਾਲਸੇ ਮਹਿਉ ਕਰੂੰ, ਭਰੋਸਾ ਕਿਉਂ ਨਹੀਂ ਬਣ ਰਿਹਾ? ਇਹ ਮਨਜੀਤ ਕੌਰ ਦੀ ਮਨਜੀਤ ਕੌਰ ਹੀ ਕਿਉਂ ਰਹਿ ਗਈ? ਇਹ ਅਰਜਨ ਸਿੰਘ ਦਾ ਅਰਜਨ ਸਿੰਘ ਹੀ ਕਿਉਂ ਰਹਿ ਗਿਆ? ਕਿਉਂ ਨਹੀਂ ਇਹਦੇ ਅੰਦਰ ਇੰਨਾ ਕਿੱਲਾ ਠੁਕਿਆ ਵੀ ਮੇਰਾ ਗੁਰੂ ਕਹਿ ਗਿਆ ਵਾ ਵੀ ਖਾਲਸਾ ਹੀ ਮੇਰਾ ਖਾਸ ਰੂਪ ਆ? ਕੀ ਕਿਹਾ ਜੀ? ਅਤੇ ਇਹਨੂੰ ਆਪਣੀਆਂ ਕਮੀਆਂ ਨਜ਼ਰ ਆਉਂਦੀਆਂ, ਤਾਂ ਕਰਕੇ ਕਹਿੰਦਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਨਹੀਂ, ਕਿਉਂਕਿ ਕਮੀਆਂ ਨੇ ਬਾਣਾ ਹੈਗਾ ਹੈ ਅਤੇ ਅੰਦਰਲੀ ਜੋਤ ਅਜੇ ਜਗੀ ਨਹੀਂ। ਜਾਗਤ ਜੋਤ ਜੱਪੇ ਨਿਸ ਬਾਸਰ, ਉੱਥੇ ਇਹਦੀ ਗੱਲ ਨਹੀਂ, ਉੱਥੇ ਵੀ ਜੋਤ 'ਤੇ ਮੱਥਾ, ਉੱਥੇ ਵੀ ਜੋਤ 'ਤੇ ਮੱਥਾ। ਹੁਣ ਤਾਂ ਗੁਰਦੁਆਰਿਆਂ ਵਿੱਚ ਵੀ ਜਗ ਪਈਆਂ ਨੇ ਭਾਈ ਜੀ, ਪਤਾ ਨਹੀਂ ਤੁਸੀਂ ਕਿੱਦਣ ਜਾਗੋਗੇ, ਇੱਥੇ ਵੀ ਜਗਾਈ ਜੇ। ਅੱਛਾ ਸ਼ੁਕਰ ਹੈ, ਜਿਉਂਦੇ ਰਹੋ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਇੱਕ ਮਿੰਟ ਚੌਂਕੜਾ ਮਾਰ ਲਓ, ਗੁਰਦੁਆਰਿਆਂ 'ਚ ਵੀ ਕਦੀ ਪੁੱਛਿਆ ਜੀ ਇਹਦਾ ਕੰਸੈਪਟ ਕੀ ਹੈ ਸਾਡੇ ਨਾਲ? ਇੱਥੇ ਤਾਂ ਆ ਸ਼ਬਦ ਦੀ ਜੋਤ ਜਗ ਰਹੀ, ਮਾਂ ਜੋਤਾਂ ਦੀ ਜੋਤ ਜਗ ਰਹੀ, ਅਤੇ ਅਵਚਲ ਜੋਤ ਬਰਾਜਰੀ ਜਿਹੜੀ ਅਵਚਲ ਜੋਤ ਹੈ ਜਿਹਨੇ ਕਦੀ ਬੁਝਣਾ ਹੀ ਨਹੀਂ, ਇਹਦੇ ਹੁੰਦੇ ਆ ਛੋਟੀ ਮੋਟੀ ਘਿਓ ਦੀ ਜੋਤ ਦੀ ਕੀ ਜ਼ਰੂਰਤ ਆ ਸਾਨੂੰ? ਪਕੜਿਓ, ਆਖੋ ਵਾਹਿਗੁਰੂ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਦੀਦਾਰ ਹੋ ਜਾਣਗੇ। ਇੱਥੇ ਵੀ ਕਹਿੰਦੇ ਨੇ ਸੋ ਮੂਰਤ ਭਗਵਾਨ, ਸੁੱਖ ਦੁੱਖ ਜੈ ਪਰਸੇ ਨਹੀਂ ਲੋਭ ਮੋਹ। ਕਹੋ ਇਸ ਤਰ੍ਹਾਂ ਦੇ ਬਿਮਾਰੀਆਂ ਜਿੱਥੋਂ ਪਰੇ ਹੋ ਗਈਆਂ, ਕਹੋ ਨਾਨਕ ਸੁਣ ਰੇ ਮਨਾ, ਪੜ੍ਹੋ ਸੋ ਉਹ ਮੂਰਤੀ, ਉਹ ਸਰੀਰ ਭਗਵਾਨ ਦਾ ਰੂਪ ਹੋ ਗਿਆ, ਜਿਹਨਾਂ ਕੋਲ ਸੁੱਖ ਨਹੀਂ, ਦੁੱਖ ਨਹੀਂ, ਲੋਭ ਨਹੀਂ, ਮੋਹ ਨਹੀਂ, ਇਹ ਸਾਰੀਆਂ ਚੀਜ਼ਾਂ ਮੁੱਕ ਗਈਆਂ ਅਤੇ ਰੱਬ ਦਾ ਰੂਪ ਹੋ ਗਿਆ। ਅੱਗੇ ਕਹਿੰਦੇ ਉਸਤਤ ਨਿੰਦਿਆ ਨਾਹੇ ਜੇ, ਨਾ ਜਿਹਨੂੰ ਉਸਤਤ ਦੀ ਨਾ ਨਿੰਦਿਆ ਦੀ ਭੁੱਖਿਆ। ਕੰਚਨ ਲੋ ਸਮਾਨ, ਸੋਨਾ ਅਤੇ ਲੋਹਾ ਇੱਕੋ ਜਿਹਾ ਜਿਹਨਾਂ ਦੀ ਬਿਰਤੀ 'ਚ ਹੋ ਗਿਆ। ਕਹੋ ਨਾਨਕ ਸੁਣ ਰੇ ਮਨਾ, ਉਹਨੂੰ ਸਰਟੀਫਿਕੇਟ ਕਿਤੇ ਨਹੀਂ ਲੈਣਾ ਪੈਣਾ, ਆਪ ਹੀ ਸਮਝ ਲੈ ਵੀ ਸੋ ਮੁਕਤ ਤਾਹੀਂ ਤੈ ਜਾਣ। ਉਸ ਬੰਦੇ ਨੂੰ ਸਮਝ ਲਓ ਵੀ ਇਹ ਜਿਉਂਦਾ ਹੀ ਮੁਕਤ ਹੋ ਗਿਆ। ਕਿਹੜਾ ਕਿਹੜਾ? ਇੱਕ ਵਾਰ ਫਿਰ ਪਿੱਛੇ ਕਰ,
ਜਿਹੜਾ ਸੁੱਖ ਦੁੱਖ ਜੈ ਪਰਸੇ ਨਹੀਂ ਪਹਿਲੇ ਸਲੋਕ ਵਿੱਚ ਆਖਿਆ, ਹੁਣ ਕਿਹਾ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਹ। ਕੰਚਨ ਸੋਨਾ ਅਤੇ ਲੋਹਾ ਜਿਹਦੀ ਦ੍ਰਿਸ਼ਟੀ 'ਚ ਆਪਾਂ ਦੇ ਹਾਂਜੀ ਪਾਈਆ ਸੋਨਾ ਰਾਹ 'ਚ ਡਿੱਗਾ ਹੋਵੇ ਅਤੇ ਉਹ ਚੇਤਾ ਰੱਖੋ। ਸਾਡੇ ਤੁਰੇ ਜਾਂਦੇ ਰਾਹ ਦੇ ਵਿੱਚ ਕਿਸੇ ਦੀ ਚੈਨ ਡਿੱਗੀ ਹੋਵੇ ਹੋਵੇ ਸਿਆਣੀਆਂ ਬਿਆਣੀਆਂ ਜੋ ਪਿੱਛੇ ਡੀਆਂ ਸ਼ਾਬਾਸ਼। ਅਜਮੇਰ ਸਿੰਘ ਨੇ ਜਿਹੜੀ ਲਿਖੀ ਹੈ ਨਾ ਕਿਤਾਬ ਕਿਸਬਿੱਧ, ਆ ਜੇ ਉਹ ਵਿਧੀ ਗੁਰੂ ਕੋਲ ਆਣ ਕੇ ਅੰਮ੍ਰਿਤਮਈ ਸਰੋਵਰ 'ਚ ਬਹਿ ਕੇ ਵੀ ਗੱਲਾਂ ਕਰਨੀਆਂ, ਇਹ ਵਿਧੀ ਜੇ ਜਿਹਦੇ ਨਾਲ ਰੁਲੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਤਸ਼ਾਹੀ। ਇਹਨਾਂ ਗੁਰੂ ਦੀ ਗੱਲ ਸੁਣਨ ਲੱਗਿਆਂ ਵੀ ਸੁਣੀ ਨਹੀਂ, ਆਖੋ ਹੇ ਗੁਰੂ ਕਿਰਪਾ ਕਰੋ, 2 ਮਿੰਟ ਰਹਿ ਗਏ ਨੇ, ਹੋ ਹੀ ਗਿਆ ਸਮਾਂ, ਆਖੋ ਵਾਹਿਗੁਰੂ। ਉਸਤਤ ਅਤੇ ਨਿੰਦਿਆ ਜਿਹਦੇ ਤੋਂ ਦੂਰ ਹੋ ਗਏ, ਲੋਹੇ ਅਤੇ ਸੋਨੇ ਦਾ ਫਰਕ ਜਿਹਦੀ ਸੁਰਤ 'ਚੋਂ ਬਾਹਰ ਹੋ ਗਿਆ, ਤੈਸਾ ਹਰਖ ਤੈਸਾ ਸੋ। ਤੁਸੀਂ ਦੱਸੋ 1 ਮਿੰਟ ਲਈ ਕਿਸੇ ਬੰਦੇ ਨੂੰ ਲੋਹੇ ਦੀ ਹੱਥ ਘੜੀ ਮਾਰਦੀ ਹੈ ਅਤੇ ਕਿਸੇ ਬੰਦੇ ਨੂੰ ਸੋਨੇ ਦੀ ਮਾਰਦੀ ਹੈ, ਕੈਦ ਤਾਂ ਹੋਇਆ ਹੀ ਹੈ, ਨਹੀਂ ਪਤਾ ਲੱਗਾ ਜੀ ਕੀ ਆਖਿਆ, ਹੱਥ ਘੜੀ ਲੱਗ ਗਈ, ਹੱਥ ਘੜੀ ਸੋਨੇ ਦੀ ਵੀ ਆ, ਹੱਥ ਘੜੀ ਲੋਹੇ ਦੀ ਵੀ ਆ, ਗੱਲ ਆ ਕੈਦ ਹੋਣ ਦੀ। ਜਿਹੜਾ ਕੈਦ 'ਚੋਂ ਬਾਹਰ ਨਿਕਲ ਗਿਆ, ਨਾ ਉਹਨੂੰ ਸੋਨੇ ਨਾਲ ਪਿਆਰ ਰਿਹਾ, ਨਾ ਉਹਨੂੰ ਲੋਹੇ ਨਾਲ ਨਫ਼ਰਤ ਰਹੀ, 1 ਰਸ ਹੋ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਉਹ ਮੂਰਤ ਹੈ ਉਸ ਵਾਹਿਗੁਰੂ ਪਰਮੇਸ਼ਵਰ ਦੀ ਅਤੇ ਉਹਨੂੰ ਹੀ ਤੁਸੀਂ ਮੁਕਤ ਮੰਨੋ, ਮੁਕਤ ਤਾਹੇ ਤੈ ਜਾਨ, ਉਹਨੂੰ ਮੁਕਤ ਮੰਨੋ ਉਸ ਬੰਦੇ ਨੂੰ ਜਿਹਦੀ ਸੁਰਤੀ ਦੇ ਵਿੱਚੋਂ ਲੋਹਾ ਅਤੇ ਸੋਨਾ 1 ਰਸ ਹੋ ਗਿਆ। ਗੁਰੂ ਕਿਰਪਾ ਕਰੇ ਜੀ, 15 ਕੁ ਦਿਨ ਤੁਹਾਡੇ ਜੋੜੇ ਝਾੜੇ ਨੇ, ਦਾਸ ਨੇ, ਚੌਂਕੀਦਾਰ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਦਾ ਚੌਂਕੀਦਾਰ ਹਾਂ, ਕਥਾਵਾਚਕ ਨਹੀਂ, ਜੋ ਕੁਹਾਇਆ ਗੁਰੂ ਨੇ ਮੈਂ ਤੁਹਾਡੇ ਨਾਲ ਕਿਹਾ, ਮੇਰੇ ਸਿਰ 'ਤੇ ਤਾਂ ਮੈਂ ਕਿਹਾ ਕਹਿਣ, ਬੋਲੋ ਹਾਂ ਗਵਾਚੇ ਕਿਤੇ, ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ, ਨਹੀਂ ਪਤਾ ਲੱਗਾ ਜੀ, ਨਹੀਂ ਤਾਂ ਫਿਰ ਰਿਪੀਟ ਕਰਾਂ, ਤਾਂ ਮੈਂ ਕਿਹਾ ਕਹਿਣ ਜੋ ਬੋਲ ਬੋਲੇ ਮੈਂ ਤਾਂ ਬੋਲੇ ਜਾਂ ਤੁਝੇ ਕਹਾਇਆ, ਜਿਹੜੇ ਜਿਹੜੇ ਬਚਨ ਤੁਸੀਂ ਕਹਾਏ ਮੈਂ ਕੈਲਗਰੀ ਦੀ ਸੰਗਤ ਦੇ ਚਰਨਾਂ ਵਿੱਚ ਇਹ ਫੁੱਲਾਂ ਦੇ ਗੁਲਦਸਤੇ ਰੱਖੇ ਆਪਣੀ ਵੱਲੋਂ, ਮੈਂ ਕਿਸੇ ਸਾਧ ਦੀ ਕਹਾਣੀ ਨਹੀਂ ਸੁਣਾਈ, ਕਿਸੇ ਦੇਵੀ ਦੀ ਨਹੀਂ ਸੁਣਾਈ, ਕਿਸੇ ਦੇਵਤੇ ਦੀ ਨਹੀਂ ਸੁਣਾਈ, ਜਿੰਨੀਆਂ ਕਹਾਣੀਆਂ ਸੁਣਾਈਆਂ ਮੈਂ ਆਪਣੇ ਸਾਹਿਬ ਦੀਆਂ ਵਡਿਆਈਆਂ ਸੁਣਾਈਆਂ, ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ। ਇਹਨਾਂ ਦਿਨਾਂ ਦੇ ਵਿੱਚ ਕੋਈ ਤੁਹਾਨੂੰ ਇਹੋ ਜਿਹੀ ਅਯੋਗ ਗੱਲ ਲੱਗ ਗਈ ਹੋਵੇ ਜਿਹੜੀ ਗੁਰਮਤ ਵਿੱਚ ਨਹੀਂ, ਤਾਂ ਮੈਨੂੰ ਮਾਫ਼ ਕਰ ਦਿਓ, ਮੇਰੇ ਲਈ ਅਰਦਾਸ ਕਰਿਓ, ਇੱਕ ਇੱਕ ਸਵਾਸ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਅਮਾਨਤ ਬਣ ਕੇ, ਜਿਸ ਕੀ ਬਸਤ ਤਿਸ ਆਗੇ ਰਾਖੇ ਅਤੇ ਪ੍ਰਭ ਕੀ ਆਗਿਆ ਮਾਨੇ ਮਾਥੇ। ਮੇਰਾ ਸਤਿਗੁਰੂ ਮੇਰੇ ਸਵਾਸਾਂ 'ਚ ਰਹਿੰਦਿਆਂ ਜਿੰਨੀ ਗੁਰੂ ਪੰਥ ਦੀ ਸੇਵਾ ਲੈ ਲਵੇ ਮੇਰੇ ਵੱਡੇ ਭਾਗ ਹੋਣਗੇ। ਤੁਸੀਂ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਮੇਰੇ ਵੀਰ ਜੀ ਨੇ ਕੀ ਮੈਸੇਜ ਦਿੱਤਾ ਸੀ, ਆਹ ਜਿਹੜਾ ਭਾਈ ਰਾਮ ਸਿੰਘ ਸਾਹਿਬ ਜੀ ਤੁਹਾਡੇ ਕੋਲ ਇੱਕ ਚੰਗੇ ਵਿਦਵਾਨ ਆਏ ਨੇ, ਕੀ ਕਿਹਾ ਮੈਂ ਭਾਈ, ਬੜੇ ਬੜੇ ਮੈਂ ਭਾਈ ਵੇਖੇ ਜੇ ਆਪ, ਮੈਂ ਵੀ ਉਸ ਕੈਟੇਗਰੀ 'ਚੋਂ, ਰੋਟੀਆਂ ਖਾਧੀਆਂ, ਡਿਊਟੀ ਖਤਮ ਹੋਈ ਅਤੇ ਕਮਰੇ 'ਚ ਜਾ ਕੇ ਪੀਜੇ ਨਾਲ ਰੱਜ ਕੇ ਸੌਂ ਜਾਣਾ, ਕੋਕੇ ਕੋਲੇ ਨਾਲ ਰੱਜ ਕੇ ਸੌਂ ਜਾਣਾ, ਚਾਹਵਾਂ ਪੀ ਨਹੀਂ,
ਉਸ ਬੰਦੇ ਦੀ ਇਹ ਇੱਛਾ ਹੈ ਗੁਰੂ ਕੇ ਸਿੱਖ ਦੀ ਵੀ ਤੁਹਾਡੇ ਬੱਚੇ ਸਿੱਖੀ ਪੜ੍ਹਨ। ਭੈਣੋ ਸੁਣ ਰਹੇ ਹੋ, ਸਿੱਖੀ ਨੂੰ ਸਿੱਖਣ ਤਾਂ ਕਿ ਆਉਣ ਵਾਲੀ ਸਾਡੀ ਨਸਲ ਵੀ ਗੁਰਸਿੱਖੀ ਨਾਲ ਜੁੜੀ ਰਹੇ। ਇਸ ਗੱਲ ਦਾ ਲਾਹਾ ਲਓ। ਕੁਝ ਦਿਨ ਉਹਨਾਂ ਨੇ ਕਲਾਸਾਂ ਰੱਖੀਆਂ ਨੇ, ਮੇਰੀਆਂ ਭੈਣਾਂ ਚਾਅ ਨਾਲ ਆਓ, ਛੋਟੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਓ। ਜੋ ਅਸੀਂ ਨਹੀਂ ਘਰ 'ਚ ਸਿਖਾ ਸਕਦੇ, ਉਹ ਗੁਰੂ ਦੀ ਬਾਣੀ ਦੇ ਮੁੱਖ ਰਾਹੀਂ ਉਹ ਤੁਹਾਡੇ ਦਿਮਾਗ ਬੱਚਿਆਂ ਦੇ 'ਚ ਉਹ ਗੱਲ ਪਾਉਂਦੇ ਨੇ। ਸਾਰੇ ਲਾਹਾ ਲਈਏ, ਸਾਰਿਆਂ ਦਾ ਭਲਾ ਹੋਵੇ, ਸਾਰੇ ਅਮਰ ਛੱਕ ਕੇ ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।